हिंदुस्तान अंदर ठंड लगातार कहर पा रही है, पारा लगातार डाउन होता जा रहा है, पर जिंदगी की रफ्तार जी है थोड़ी जी उदे विच मुश्किल जरूर दिखाई दे रही है, लेकिन जिंदगी रफ्तार दे नाल अगे वधदी जा रही है। सत श्री अकाल सांझा टीवी देख रहे सारे दर्शकों का मैं मनोज निगर स्वागत करता हाँ। भारतीय समाज ते सियासत साडी इस खास पेशकश विच अज दे साडे ओ मेहमान है जिहड़े सियासत तो ते दूर है पर समाज वास्ते बहुत वड्डा सुनेहा दिंदे है। खास तौर पर जिहड़ी साडा अद्धी आबादी है, जिहड़ी साडी वूमेन्स हैं, गर्ल्स हैं, उन्हां वास्ते एक बड़ा जबरदस्त मैसेज इन्हां दे कोल है। ये वो शख्सियत है जिन्हां नूं कई सारे अवार्ड्स जिहड़े हैगे है, कई सारे मैडल्स जिहड़े हैगे है वो मिल चुके ने। इन्हां नूं एविएशन दे विच, इन्हां नूं स्विमिंग दे विच और स्विमिंग दे नाल नाल शूटिंग दे विच बहुत सारे अवार्ड मिल चुके हैं। मेरे नाल ने कैप्टन मोहिंदर कौर, तो आओ तुहाडी मुलाकात करवाने हैं कैप्टन और डॉक्टर महेंद्र कौर होना दे नाल। डॉक्टर साहब स्वागत है। सत श्री अकाल जी। सत श्री अकाल डॉक्टर साहब, तुसी डॉक्टर भी हो, तुसी कैप्टन भी हो, तुसी प्लेयर भी हो, ये सारा कुछ किस तरीके नाल जिहड़ा है, कित्थों ये जिहड़ी ऊर्जा इन्नी मिलदी है? देखो जी, मैं तो फौजियां दे घर तो हैगी हां जी, ते डिसिप्लिन मैनू शुरू तो ही सिखाया सीगा फादर ने भी जी। फादर मेरे नेवी च सीगे जी, ब्रदर मेरा आर्मी च सीगा जी, काफी वॉर्स फादर ने भी लड़ियां, ब्रदर ने भी कीती हैगी है जी। तो सानू डिसिप्लिन जिहड़ा हैगा वह सारा कुछ सिखा दिंदा हैगा कि जिथे भी असीं फिट कर सकते हैं, वह रब ने चाहे कि जिथे फिट हो जाओ असीं उत्थे फिट हो जाने हां। वेरी गुड। इस करके स्टडीज अपने नाल केडी 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 जड़ी वार हैगी है, लड़ाई जड़ी जंग हैगी है, केडी केडी लड़ाई दे विच, क्योंकि मेरे पंजाब ने तुहाडे पंजाब ने देखा है 62 वाला जड़ा कि पहले उस वेले चाइना नाल सीगा, फिर 71 और 76 वाला जड़ा सीगा, दो तीन वार जड़ियां है हां जी, और उन्हां पंजाब ते बहुत ज्यादा असर होया सी जी जी। ਇਹ ਜਿਹੜਾ ਡਿਸਿਪਲਿਨ ਹੈ ਇਹਦਾ ਜੰਗ ਦੇ ਨਾਲ ਕੀ ਕਨੈਕਸ਼ਨ ਹੈ? ਦੇਖੋ ਇਸ ਤਰ੍ਹਾਂ ਹੈਗਾ ਕਿ 71 ਔਰ 76 ਵਾਰ 'ਤੇ ਮੇਰੇ ਫਾਦਰ ਨੇ ਲੜੀ ਸੀਗੀ ਔਰ ਮੇਰਾ ਬ੍ਰਦਰ ਜਿਹੜਾ ਸੀਗਾ, ਮੇਰਾ ਬ੍ਰਦਰ ਉਹ ਆਰਮੀ 'ਚ ਉਹਨਾਂ ਨੇ IPKF ਜਿਹੋ ਜਿਹੇ ਮਿਸ਼ਨਸ ਕੀਤੇ ਔਰ ਕਾਫੀ ਮਿਸ਼ਨਸ ਕੀਤੇ, ਅਤੇ ਉਹ ਵੀ ਆਪਣੇ ਟਾਈਮ ਦੇ ਮੇਰੇ ਜਿਹੜੇ ਬ੍ਰਦਰ ਸੀਗੇ ਉਹ ਨੋਨ ਕਮਾਂਡੋ ਸੀਗੇ, ਅਤੇ ਹੁਣ ਉਹਨਾਂ ਨੇ ਥੋੜ੍ਹੀ ਜਿਹੀ ਆਪਣੇ ਆਪ ਨੂੰ ਬੈਕ ਸੀਟ ਲੈ ਲਿੱਤੀ ਹੈ ਅਤੇ ਮੈਨੂੰ ਅੱਗੇ ਕਰ ਦਿੱਤਾ ਹੈਗਾ ਤਾਂ ਕਿ ਆਈ ਸ਼ੁੱਡ ਫਾਈਟ ਫੋਰ ਦਾ ਨੇਸ਼ਨਸ ਐਂਡ ਫੋਰ ਦਾ ਵਿਮੈਨਸ ਰਾਈਟ। ਫਿਰ ਜਿਸ ਤਰ੍ਹਾਂ ਮੈਨੂੰ ਮੌਕਾ ਮਿਲਿਆ ਮੈਂ ਉਸੇ ਤਰ੍ਹਾਂ ਸਟੱਡੀਜ਼ ਵੀ ਕਰਦੀ ਰਹੀ ਔਰ ਸਪੋਰਟਸ ਜਿਹੜੀ ਸੀਗੀ ਉਹਦੇ ਨਾਲ ਆਪਣੇ ਆਪ ਨੂੰ ਫਿੱਟ ਵੀ ਰੱਖਿਆ। ਹੁਣ ਫਲਾਇੰਗ 'ਚ ਇਸ ਤਰ੍ਹਾਂ ਹੈਗਾ ਕਿ ਸਾਨੂੰ ਫਿਟਨੈਸ ਇਜ਼ ਦਾ ਫਸਟ ਪ੍ਰਾਇਰਟੀ, ਕਿਉਂਕਿ ਸਾਨੂੰ ਸਾਡਾ ਮੈਡੀਕਲ ਬੋਰਡ ਜਿਹੜਾ ਹੈਗਾ ਉਹ ਅਲਾਓ ਨਹੀਂ ਕਰਦਾ ਜੇ ਅਸੀਂ ਅਨਫਿਟ ਹੈਗੇ ਹਾਂ ਟੂ ਫਲਾਈ, ਅਤੇ ਫਿਟਨੈਸ ਵਾਸਤੇ ਸਾਨੂੰ ਆਪਣੀ ਐਕਸਰਸਾਈਜ਼ ਔਰ ਬਾਕੀ ਜਿਹੜੀ ਕਰੀਕੁਲਮ ਹੈਗਾ ਉਹ ਪੂਰਾ ਕੰਪਲੀਟ ਕਰਨਾ ਹੁੰਦਾ ਹੈਗਾ। ਇਸ ਕਰਕੇ ਐਗਜ਼ੈਲ ਕਰ ਗਏ ਕਿਉਂਕਿ ਅਪਰਚੁਨਿਟੀ ਮਿਲੀ ਔਰ ਬੈਕਅਪ ਵੀ ਸੀਗੀ ਪੇਰੈਂਟਸ ਦੀ ਜੀ। ਫਿਰ ਜਦ ਬੱਚੇ ਵਗੈਰਾ ਹੋ ਗਏ ਫਲਾਇੰਗ ਨਹੀਂ ਸੀ ਕਰ ਸਕਦੇ ਤਦ ਮੈਂ ਲਾਅ ਕਰ ਲਿੱਤੀ ਤਾਂ ਕਿ ਆਈ ਸ਼ੁੱਡ ਹੈਲਪ ਦ ਅਦਰਸ ਆਲਸੋ ਜੀ। ਐਂਡ ਫਾਈਨਲੀ ਮੈਂ ਫਿਰ ਮੀਡੀਏਟਰ ਬਣ ਗਈ ਲਾਅ ਕਰਨ ਤੋਂ ਬਾਅਦ, ਸੁਪਰੀਮ ਕੋਰਟ ਨੇ ਸਾਨੂੰ ਟ੍ਰੇਨ ਕੀਤਾ ਜੀ ਐਜ਼ ਅ ਮੀਡੀਏਟਰ ਜੀ, ਅਤੇ ਮੈਂ ਫਿਰ ਆਰਬੀਟ੍ਰੇਟਰ ਵੀ ਹੈਗੀ ਹਾਂ। ਥੋੜਾ ਜਿਹਾ ਟਾਈਮ ਸੀਗਾ ਮੇਰੇ ਕੋਲ ਤੇ ਮੈਂ PhD ਵੀ ਕਰ ਲਈ ਫਿਰ ਲਾਅ ਚ। ਓਕੇ ਮਤਲਬ ਕਾਨੂੰਨ ਦੀ ਸਮਝ ਔਰ ਨਿਆਂ ਜਿਹਨੂੰ ਆਪਾਂ ਕਹਿੰਦੇ, ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ ਹੈਗੇ ਆ, ਉਹਦੀ ਤੁਹਾਡੇ ਕੋਲ ਸਾਰੀ ਜਾਣਕਾਰੀ ਹੈ। ਹਾਂਜੀ। ਇੱਕ ਲੜਕੀ ਨੂੰ, ਇੱਕ ਔਰਤ ਨੂੰ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਇਹ ਸਾਰਾ ਕੁਛ ਕਰਨ ਵੇਲੇ? ਦੇਖੋ ਜੀ, ਕਾਨਸਟੀਟਿਊਸ਼ਨ ਤੇ ਸਾਨੂੰ ਫੰਡਾਮੈਂਟਲ ਰਾਈਟਸ ਚ ਕਹਿੰਦੇ ਹੈਗੇ ਕਿ ਵੀ ਆਲ ਆਰ ਇਕੁਅਲ ਜੀ, ਚਾਹੇ ਉਹ ਆਦਮੀ ਹੋ ਚਾਹੇ ਸਾਡਾ ਸਮਾਜ ਜਿਹੜਾ ਹੈ, ਹਿੰਦੁਸਤਾਨੀ ਸਮਾਜ ਜਿਹੜਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਹਾਲੇ ਵੀ ਹੈ, ਅੱਜ ਵੀ ਹੈ। ਦੇਖੋ ਜੀ, ਇਹ ਤੇ ਹਮੇਸ਼ਾ ਰਹਿਣਗੀਆਂ ਵੀ,
ਕਿਉਂਕਿ ਜਦ ਤੱਕ ਮਾਈਂਡ ਸੈਟ ਨਹੀਂ ਚੇਂਜ ਹੁੰਦਾ ਬਟ ਕਾਫੀ ਇੰਪਰੂਵਮੈਂਟ ਹੋਈ ਹੈਗੀ ਆ ਪਹਿਲੇ ਨਾਲੋਂ ਬਦਲਾਅ ਹੈ ਦੇਖੋ ਪਹਿਲਾਂ ਜਿਹੜੇ ਮੇਰੇ ਮਦਰ ਦਾ ਟਾਈਮ ਸੀ ਉਹ ਹੋਰ ਸੀਗਾ ਸਾਡਾ ਟਾਈਮ ਵਿਦ ਟਾਈਮ ਥਿੰਗਸ ਆਰ ਚੇਂਜਿੰਗ ਹੈ ਨਾ ਮੈਂ ਕਹਿੰਦੀ ਹੈਗੀ ਹਾਂ ਪਹਿਲਾਂ ਸਾਡੇ ਸਮੇਂ ਕੁੜੀਆਂ ਫੁੱਟਬਾਲ ਨਹੀਂ ਸੀ ਖੇਲਦੀਆਂ ਹੁਣ ਤਾਂ ਸਕੂਲਾਂ 'ਚ ਵੀ ਫੁੱਟਬਾਲ ਵੀ ਖੇਲਦੀਆਂ ਹੈਗੀਆਂ ਸਾਰੇ ਗੇਮਸ ਕਰਦੀਆਂ ਹੈਗੀਆਂ ਔਰ ਮੈਂ ਵੀ ਪਾਰਟ ਆਫ ਸੋਸਾਇਟੀ ਹੈਗੀ ਹਾਂ ਜਾਂ ਸੋਸਾਇਟੀ ਨੇ ਮੈਨੂੰ ਐਕਸੈਪਟ ਕੀਤਾ ਐਜ਼ ਅ ਪਾਇਲਟ ਔਰ ਇਸ ਤਰ੍ਹਾਂ ਨਹੀਂ ਹੈ ਕਿ ਕਦੇ ਡਿਸਕ੍ਰੀਮੀਨੇਸ਼ਨ ਕੀਤਾ ਹੋਏ ਮੇਰੇ ਜਦ ਮੈਂ ਇੰਟਰਵਿਊ 'ਤੇ ਬੈਠੀ ਹੈਗੀ ਹਾਂ ਅਤੇ ਕਿਸੇ ਬੰਦੇ ਨਾਲ ਮੇਰਾ ਡਿਸਕ੍ਰੀਮੀਨੇਸ਼ਨ ਕੀਤਾ ਹੋਏ ਵੀ ਚਲੋ ਜੀ ਇਹ ਲੇਡੀ ਹੈਗੀ ਹੈ ਅਤੇ ਅਸੀਂ ਇਹਨੂੰ ਐਜ਼ ਅ ਐਜ਼ ਅ ਪਾਇਲਟ ਨਹੀਂ ਰੱਖਾਂਗੇ ਕੰਪਨੀ 'ਚ ਜਾਂ ਫਿਰ ਲਾਅ 'ਚ ਵੀ ਕਦੇ ਇਸ ਤਰ੍ਹਾਂ ਕਿਸੇ ਜੱਜ ਨੇ ਨਹੀਂ ਕਿਹਾ ਵੀ ਨਹੀਂ ਇਹ ਲੇਡੀ ਹੈਗੀ ਹੈ ਆਰਗਿਊ ਕਰ ਰਹੀ ਹੈਗੀ ਹੈ ਅਤੇ ਇਹਦਾ ਮੈਟਰ ਮੈਂ ਨਹੀਂ ਸੁਣਾਂਗਾ ਪਰ ਮੈਂ ਉਸ ਸਮਾਜ ਦੇ ਸਾਡੇ ਸਮਾਜ ਦੇ ਅੰਦਰ ਅੱਜ ਵੀ ਹਾਂਜੀ ਲੜਕੀ ਪੜਾਓ ਲੜਕੀ ਬਚਾਓ ਦਾ ਨਾਰਾ ਦਿੱਤਾ ਜਾ ਰਿਹਾ ਲੜਕੀ ਬਚਾਓ ਕਿਉਂ ਅਗਰ ਅਸੀਂ ਅੱਧੀ ਆਬਾਦੀ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਜਿਹੜਾ ਸਾਡਾ ਵਿਵਹਾਰ ਹੋਏਗਾ ਇਸੇ ਕਰਕੇ ਕਹਿ ਰਹੇ ਨਾ ਕਿ ਅੱਧੀ ਆਬਾਦੀ ਨੂੰ ਜਿਹੜੀ ਹੈ ਜਿਹੜੀ ਲੜਕੀ ਬਚਾਓ ਦਾ ਸਲੋਗਨ ਕਿਉਂ ਆ ਗਿਆ ਲੜਕੀ ਤਾਂ ਲਕਸ਼ਮੀ ਹੈ ਹਾਂਜੀ ਇਹ ਕਾਫੀ ਅਗੇਨ ਇਹ ਜਿਹੜੀ ਡਿਬੇਟ ਹੈਗੀ ਹੈ ਲੜਕੀ ਬਚਾਓ ਔਰ ਲੜਕੀ ਨੂੰ ਪੜ੍ਹਾਓ ਇਹ ਡਿਬੇਟ ਸ਼ੁਰੂ ਤਦ ਹੋਈ ਸੀਗੀ ਜਦ ਲੜਕੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀਗਾ ਬਟ ਅਵੇਅਰਨੈਸ ਜਿਹੜੀ ਸਮਾਜ 'ਚ ਆ ਗਈ ਹੈਗੀ ਹੈ ਔਰ ਅਸੀਂ ਲਿਆਉਣਾ ਚਾਹੁੰਦੇ ਹੈਗੇ ਹਾਂ ਤਾਂ ਕਿ ਲੜਕੀਆਂ ਨੂੰ ਬਚਾਓ ਕਿਉਂਕਿ ਇੰਡੀਆ 'ਚ ਕੰਸੈਪਟ ਇਸ ਤਰ੍ਹਾਂ ਹੁੰਦਾ ਸੀਗਾ ਵੀ ਲੜਕੀਆਂ ਘੱਟ ਹੋਣ ਬੋਇਜ਼ ਜ਼ਿਆਦਾ ਹੋਣ ਪੇਰੈਂਟਸ ਤਦ ਖੁਸ਼ ਹੋ ਜਾਂਦੇ ਸੀ ਕਿ ਚਲੋ ਜੀ ਸਾਡੇ ਘਰੇ ਮੁੰਡਾ ਹੋਇਆ ਲੋਹੜੀ ਪਹਿਲਾਂ ਮਨਾਉਂਦੇ ਸੀ ਵੀ ਮੁੰਡਾ ਹੋਇਆ ਕੁੜੀ ਦੀ ਨਹੀਂ ਸੀ ਮਨਾਉਂਦੇ ਬਟ ਉਹ ਚੇਂਜਸ ਆ ਗਏ ਹੈਗੇ ਕਿਉਂਕਿ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਨੂੰ ਵੀ ਇਕੁਅਲ ਰਾਈਟਸ ਮਿਲ ਗਏ ਹੈਗੇ ਜਿੱਥੇ ਮੁੰਡਾ ਡਾਕਟਰ ਹੈਗਾ ਉੱਥੇ ਕੁੜੀ ਵੀ ਹੈਗੀ ਹੈ ਇਕੁਅਲ ਰਾਈਟਸ ਮਿਲ ਗਏ ਹੈਗੇ ਫਿਰ ਕਿਉਂ ਉਨਾਓ ਵਾਲੀ ਬੱਚੀ ਜਿਹੜੀ ਹੈ ਉਹ ਉਹਨੂੰ ਇੱਕ ਕਿਸਮ ਨਾਲ ਮਾਰ ਦਿੱਤਾ ਜਾਂਦਾ ਹੈ ਆਫਟਰ ਰੇਪ ਕਿਉਂ ਉਹ ਲੜਕੀ ਜਿਹੜੀ ਹੈ ਜਿਹੜੀ ਡਾਕਟਰ ਹੈਦਰਾਬਾਦ ਦੇ ਵਿੱਚ ਹੈ ਉਸ ਬੱਚੀ ਦਾ ਰੇਪ ਤੋਂ ਬਾਅਦ ਅਸੈਸੀਨੇਸ਼ਨ ਕੀਤਾ ਜਾਂਦਾ ਹੈ ਇਹ ਕੁਝ ਪੋਲੀਟੀਕਲ ਇਸ਼ੂਜ਼ ਵੀ ਹੈਗੇ ਔਰ ਇਸ ਤਰ੍ਹਾਂ ਨਹੀਂ ਹੈਗਾ ਕਿ ਕਿੱਥੇ ਅਸੀਂ ਅਪਲਿਫਟ ਕਰ ਰਹੇ ਹੈਗੇ ਹਾਂ ਵੂਮੈਨ ਨੂੰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਮੇਲ ਨੂੰ ਅਪਲਿਫਟ ਨਾ ਕਰੀਏ ਹੈ ਨਾ ਕਿ ਇੰਨੇ ਵੀ ਕਈ ਕੇਸਿਸ ਹੈਗੇ ਜਿੱਥੇ ਮੇਲਸ ਨੂੰ ਵੀ ਮਾਰਿਆ ਗਿਆ ਹੈਗਾ ਉਹਨਾਂ ਨੂੰ ਵੀ ਕਿਡਨੈਪ ਕੀਤਾ ਗਿਆ ਹੈਗਾ ਬਟ ਸਮਾਜ 'ਚ ਹੁਣ ਇਕੁਆਲਿਟੀ ਲਿਆਉਣ ਕਰਕੇ ਥੋੜ੍ਹੇ ਅਪਲਿਫਟ ਕਰਨ ਵਾਸਤੇ ਵਿਮੈਨ ਦੇ ਰਾਈਟਸ ਨੂੰ ਲੈ ਕੇ ਅਸੀਂ ਵਿਮੈਨ ਦੇ ਨੂੰ ਜ਼ਿਆਦਾ ਲਾਈਮਲਾਈਟ 'ਚ ਲਿਆਉਂਦੇ ਹੈਗੇ ਹਾਂ ਤਾਂ ਕਿ ਇਕੁਆਲਿਟੀ ਆ ਜਾਏ ਪਰ ਸੋਸ਼ਣ ਤੇ ਆਦਮੀਆਂ ਦਾ ਵੀ ਹੁੰਦਾ ਹੈ ਇਸ ਤਰ੍ਹਾਂ ਨਹੀਂ ਹੈ ਕਿ ਔਰਤਾਂ ਦਾ ਹੀ ਹੁੰਦਾ ਹੈਗਾ ਜੀ ਜੀ ਜਦ ਇਕੁਐਲਿਟੀ ਜੈਂਡਰ ਬਟ ਪਹਿਲਾਂ ਇਹ ਸਮਾਜ 'ਚ ਨਹੀਂ ਸੀ ਦੇਖਿਆ ਜਾਂਦਾ ਮੀਡੀਆ ਹੈਜ਼ ਪਲੇਡ ਅ ਬਿਗ ਰੋਲ ਜੀ ਹਾਂ ਅੱਜ ਸਾਨੂੰ ਪੂਰੀ ਦੁਨੀਆ ਨੂੰ ਪਤਾ ਹੈਗਾ ਕਿ ਇੱਕ ਬੱਚੀ ਦੇ ਨਾਲ ਇਸ ਤਰ੍ਹਾਂ ਹੋਇਆ ਹੈਗਾ ਕਿੰਨੇ ਇਹੋ ਜਿਹੀ ਵੀ ਜਗ੍ਹਾ ਹੋਣਗੀਆਂ ਜਿੱਥੇ ਨਹੀਂ ਪਤਾ ਚੱਲੇਗਾ ਕਿ ਨਹੀਂ ਹੋਇਆ ਬਿਲਕੁਲ ਹੈ ਨਾ ਤੇ ਮੀਡੀਆ ਨੇ ਸਾਨੂੰ ਕਿੰਨਾ ਹੈਲਪ ਕੀਤਾ ਹੈਗਾ ਅਪਲਿਫਟ ਕਰਨ 'ਚ ਕਿਸੇ ਵੀ ਬੱਚੀ ਨਾਲ ਕੁਛ ਹੁੰਦਾ ਹੈਗਾ ਮੀਡੀਆ ਫਟਾਫਟ ਪਹੁੰਚ ਜਾਂਦੀ ਹੈਗੀ ਹੈ ਔਰ ਪੂਰਾ ਨੇਸ਼ਨ ਜਾਣਦਾ ਹੈਗਾ ਬਟ ਆਈ ਵਿਲ ਰਿਕੁਐਸਟ ਮੀਡੀਆ ਕਿ ਮੈਨ ਦੇ ਨਾਲ ਵੀ ਬਹੁਤ ਕੁਛ ਹੁੰਦਾ ਹੈਗਾ ਔਰ ਉਹਨਾਂ ਨੂੰ ਵੀ ਅਪਲਿਫਟ ਵੀ ਆਰ ਇਕੁਅਲ ਚਾਹੇ ਉਹ ਫੌਜ ਹੋ ਚਾਹੇ ਉਹ ਕੋਈ ਨਾ ਕੋਈ ਅਸੀਂ ਜਾਤੀ ਨੂੰ ਮੰਨਦੇ ਹੈਗੇ ਹਾਂ ਫੌਜੀ ਨਾ ਕੋਈ ਅਸੀਂ ਜੈਂਡਰ ਨੂੰ ਮੰਨਦੇ ਹੈਗੇ ਨਾ ਅਸੀਂ ਕਲਰ ਨੂੰ ਮੰਨਦੇ ਹਾਂ ਸਾਡੇ ਸਾਰੇ ਯੂਨੀਫਾਰਮ ਇੱਕੋ ਹੀ ਹੁੰਦੀ ਹੈ ਤੇ ਅਸੀਂ ਇੱਕੋ ਹੀ ਯੂਨੀਫਾਰਮ 'ਚ ਰੰਗਦੇ ਹਾਂ ਪਰ ਜਿਸ ਕੰਟਰੀ ਦੇ ਵਿੱਚ ਆਪਣਾ ਜਨਮ ਹੋਇਆ ਹੈ ਜਿਸ ਜਗ੍ਹਾ ਦੇ ਉੱਤੇ ਆਪਾਂ ਪੜ੍ਹੇ ਲਿਖੇ ਵੱਡੇ ਹੋਏ ਹਾਂ ਉੱਥੇ ਧਰਮ ਅਤੇ ਜਾਤ ਦਾ ਜਿਹੜਾ ਇੰਨਾ ਕੁ ਗੁੰਝਲ ਹੈ ਇੰਨੀ ਕੁ ਉਲਝਣ ਹੈ ਉੱਥੇ ਕਿ ਵੋਟਿੰਗ ਜਿਹੜੀ ਹੈਗੀ ਹੈ ਉਹ ਧਰਮ ਔਰ ਜਾਤ ਦੇ ਨਾਮ 'ਤੇ ਹੁੰਦੀ ਹੈ ਹੋਰ ਬਹੁਤ ਸਾਰੇ ਮੁੱਦੇ ਜਿਹੜੇ ਹੈ ਰੀਸੈਂਟ ਜਿਹੜਾ ਹੈ ਜਿਹੜਾ CAA ਜਿਹੜਾ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਹੈ ਉਹਦੇ ਵਿੱਚ ਵੀ ਇੱਕ ਧਰਮ ਵਿਸ਼ੇਸ਼ ਨੂੰ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ ਕਿਉਂ ਸਾਰਾ ਇਹ ਜਿਹੜਾ ਧਰਮ ਔਰ ਜਾਤ ਦਾ ਤੁਸੀਂ ਫੌਜ ਵਾਲੇ ਧਰਮ ਅਤੇ ਜਾਤ ਨੂੰ ਬਿਲਕੁਲ ਤਰਜੀਹ ਨਹੀਂ ਦਿੰਦੇ ਪਰ 130 ਕਰੋੜ ਲੋਕ ਜਿਹੜੇ ਹੈਗੇ ਹਿੰਦੁਸਤਾਨ ਦੇ ਉਹ ਬਹੁਤ ਸਾਰਾ ਧਰਮ ਔਰ ਜਾਤ ਮਜ਼ਹਬ ਦੇ ਉੱਤੇ ਡਿਪੈਂਡ ਕਰ ਰਹੇ ਹੈ ਇਹ ਡਿਬੇਟ ਜਿਹੜੀ ਹੈਗੀ ਹੈ ਲੈ ਕੇ ਨਾ ਤਾਂ ਪੋਲੀਟੀਕਲ ਹੈਗੀ ਹੈ ਇਹ ਕੁਛ ਸੈਗਮੈਂਟ ਹੈਗੇ ਹੈ ਸੈਗਮੈਂਟਸ ਕਿਸ ਤਰ੍ਹਾਂ ਬਣਦੇ ਹੈ ਲਾਅ ਕਿਸ ਤਰ੍ਹਾਂ ਬਣਦੇ ਹੈਗੇ ਹੈ ਉਹ ਕਸਟਮਸ ਕਿਵੇਂ ਬਣਦੇ ਹੈਗੇ ਜੇ ਅਸੀਂ ਜੁਰਿਸਪ੍ਰੂਡੈਂਸ 'ਚ ਜਾਈਏ ਤਾਂ ਜਿਹੜੇ ਸਾਡੇ ਇੱਕ ਚਾਰ ਬੰਦਿਆਂ ਦਾ ਇੱਕ ਫੈਮਿਲੀ ਹੈਗੀ ਹੈ ਉਹ ਵੱਧ ਕੇ
ਪਿੰਡ ਬਣ ਜਾਂਦੀ ਹੈਗੀ ਹੈ, ਪਿੰਡ ਜਿਹੜੇ ਸ਼ਹਿਰ ਬਣ ਜਾਂਦੇ ਹੈਗੇ ਆ, ਕਈ ਸ਼ਹਿਰ ਬਣ ਕੇ ਡਿਸਟ੍ਰਿਕਟ ਬਣ ਜਾਂਦੇ ਹੈਗੇ ਆ, ਫਿਰ ਉਹ ਡਿਸਟ੍ਰਿਕਟ ਬਣ ਕੇ ਸਟੇਟ ਬਣ ਜਾਂਦੀ ਹੈਗੀ ਹੈ, ਅਤੇ ਫਿਰ ਕੰਟਰੀ ਬਣ ਜਾਂਦੀ ਹੈਗੀ ਹੈ। ਬਿਲਕੁਲ। ਅਤੇ ਜਿਹੜੇ ਸਾਡੇ ਕਸਟਮਸ ਹੁੰਦੇ ਆ ਉਹੀ ਸਾਡੇ ਰੂਲਸ ਬਣ ਜਾਂਦੇ ਆ, ਉਹੀ ਸਾਡੇ ਲਾਅ ਬਣਦੇ ਹੈਗੇ ਆ, ਅਸੀਂ ਉਹਨਾਂ ਨੂੰ ਹੀ ਫੋਲੋ ਕਰਦੇ ਹੈਗੇ ਹਾਂ ਕਿਉਂਕਿ ਅਸੀਂ ਉਸ ਸਮਾਜ ਦੇ ਪਰਿੰਦੇ ਹੁੰਦੇ ਹਾਂ, ਹੈ ਨਾ। ਜੇ ਅਸੀਂ ਕਿਸੇ ਕੰਟਰੀ 'ਚ ਰਹਿੰਦੇ ਹਾਂ ਤਾਂ ਅਸੀਂ ਉਹਨਾਂ ਦਾ ਨਾਮ ਲੈਂਦੇ ਹੈਗੇ ਹਾਂ। ਹੁਣ ਮੈਂ ਜਿਸ ਘਰ 'ਚ ਪੈਦਾ ਹੋਈ ਹੈਗੀ ਹਾਂ, ਮੇਰੇ ਘਰ 'ਚ ਜਿਹੜੀ ਮੈਨੂੰ ਚੀਜ਼ਾਂ ਸਿਖਾਈਆਂ ਜਾਂਦੀਆਂ ਹੈਗੀਆਂ ਰਹਿਣ ਵਾਸਤੇ, ਇੱਕ ਡਿਸਿਪਲਿਨ ਹੈਗਾ, ਉਹ ਡਿਸਿਪਲਿਨ ਕਿਸੇ ਵੀ ਸਟੇਟ ਸਾਰਿਆਂ ਦਾ ਡਿਸਿਪਲਿਨ ਸੇਮ ਹੈਗਾ, ਉਹ ਚਾਹੇ ਹਿੰਦੂ ਹੋ, ਚਾਹੇ ਉਹ ਮੁਸਲਮਾਨ ਹੋ, ਚਾਹੇ ਉਹ ਸਰਦਾਰ ਹੋ ਜਾਂ ਜੈਨੀ ਹੋ। ਘਰੇ ਸਵੇਰੇ ਉੱਠ ਕੇ ਸਾਡਾ ਮੇਨ ਮਕਸਦ ਇਹ ਹੁੰਦਾ ਹੈ ਕਿ ਅਸੀਂ ਸਵੇਰੇ ਉੱਠ ਕੇ ਰੱਬ ਦਾ ਨਾਮ ਲੈ ਕੇ ਸਾਡਾ ਮਨ ਸ਼ਾਂਤ ਹੋਏ ਜੀ। ਮਨ ਸ਼ਾਂਤ ਹੋਏਗਾ ਦੈਨ ਅਸੀਂ ਫਿਜ਼ੀਕਲ ਵਰਕ ਕਰਾਂਗੇ, ਹੱਥ ਪੈਰ ਜਿਹਨੂੰ ਰੱਬ ਨੇ ਪੂਰੇ ਦਿੱਤੇ, ਅੰਗ ਦਿੱਤੇ ਹੈਗੇ ਆ, ਉਹਨਾਂ ਨੂੰ ਚਲਾ ਕੇ ਅਸੀਂ ਦੂਜਿਆਂ ਵਾਸਤੇ ਵੀ ਭਲਾ ਕਰੇ ਤੇ ਆਪਣਾ ਵੀ ਕਰੀਏ ਜੀ, ਹੈ ਨਾ। ਕੋਈ ਇਹ ਧਰਮ ਤੇ ਸਿਖਾਉਂਦਾ ਨਹੀਂ ਹੈ ਕਿ ਅਸੀਂ ਸਭ ਤੋਂ ਉੱਚੇ ਹੈ ਤੇ ਤੁਸੀਂ ਨੀਚੇ ਹੈਗੇ ਹੋ। ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਕਰਨਾ, ਜਬ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਕਰਨਾ, ਤੇ ਫਿਰ ਅਸੀਂ ਕਿਸ ਬਾਤ ਗੱਲ ਦੇ ਵੈਰੀ ਹੈਗੇ ਆ। ਪਰ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸੰਬੰਧੇ, ਇੱਕ ਨੂਰ ਤੇ ਸਬਜੈਕਟ ਉਪਜਿਆ, ਕੌਣ ਪਲੇ ਕੌਣ ਮੰਦੇ, ਉਹਦੇ ਬਾਵਜੂਦ ਵਿਤਕਰਾ ਬਹੁਤ ਜ਼ਿਆਦਾ ਹੈ। ਨਹੀਂ, ਕੁਛ ਚੀਜ਼ਾਂ ਸਮਝਣ 'ਚ ਟਾਈਮ ਲੱਗਦਾ ਹੈਗਾ, ਜੇ ਲਾਅ ਆਇਆ ਵੀ ਹੈਗਾ ਤੇ ਉਹਨਾਂ ਉਹ ਕਿਸੇ ਨਾ ਕਿਸੇ ਨੇ ਆਵਾਜ਼ ਉਠਾਈ ਹੋਏਗੀ ਜਿਹਦੇ ਕਰਕੇ ਉਹਨਾਂ ਨੂੰ ਕਿਸੇ ਦੇ ਕੰਨ 'ਚ ਪਈ ਹੋਏਗੀ, ਤੇ ਉਹਨਾਂ ਨੇ ਸੋਚਿਆ ਹੋਏਗਾ ਚਲੋ ਇਹਨਾਂ ਨੂੰ ਵੀ ਹੈਲਪ ਕਰ ਦਈਏ। ਕਿਸੇ ਨੂੰ ਹੈਲਪ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਦੂਜੇ ਨੂੰ ਨਹੀਂ ਹੈਲਪ ਕਰ ਰਹੇ, ਉਹਨਾਂ ਦਾ ਵਾਸਤੇ ਵੀ ਕੁਛ ਨਾ ਕੁਛ ਤਰੀਕਾ ਨਿਕਲ ਜਾਏਗਾ ਹੈਲਪ ਕਰਨ ਦਾ। ਇਸ ਤਰ੍ਹਾਂ ਹੈ ਜੀ, ਜਿੱਥੇ ਇੱਕ ਘਰ 'ਚ ਚਾਰ ਬੱਚੇ ਹੁੰਦੇ ਹੈਗੇ, ਉਹਨਾਂ 'ਚੋਂ ਜਿਹੜਾ ਵੀਕ ਹੁੰਦਾ ਹੈਗਾ, ਮਾਂ ਬਾਪ ਦਾ ਖਿਆਲ ਉਸੇ ਬੱਚੇ ਕੋਲ ਜਾਂਦਾ ਹੈਗਾ। ਜਿਹੜਾ ਬੱਚਾ ਸਟਰੋਂਗ ਹੁੰਦਾ ਹੈਗਾ, ਉਹਦੇ ਉਹਨੂੰ ਤਾਂ ਪਤਾ ਹੀ ਹੈ ਕਿ ਇਹਨੇ ਤਾਂ ਆਪਣੇ ਲਿਫਟ ਹੋ ਹੀ ਜਾਣਾ ਹੈਗਾ। ਇਸੇ ਕਰਕੇ ਜਿੱਥੇ ਵੀਕਨੈਸ ਹੋਏਗੀ, ਲੋਸ ਉਹਨਾਂ ਨੂੰ ਅਪਲਿਫਟ ਕਰਨ ਵਾਸਤੇ ਬਣਦੇ ਹੈਗੇ ਜੀ। ਤੇ ਵੀ ਸ਼ੁੱਡ ਪ੍ਰੋਟੈਕਟ ਦੈਮ, ਵੀ ਸ਼ੁੱਡ ਹੈਲਪ ਦੈਮ ਟੂ, ਬਿਕੋਜ਼ ਆਲ ਵੀ ਆਲ ਆਰ ਬ੍ਰਦਰ ਸਿਸਟਰਸ। ਯੈਸ। ਕਿੱਥੇ ਹੈਗਾ ਕਿ ਕਿੱਥੇ ਲਿਖਿਆ ਹੈਗਾ ਕਿ ਜੇ ਸੁਨਾਮੀ ਆਏਗੀ ਇੱਕ ਮੁਸਲਮਾਨ ਮਰ ਜਾਏਗਾ ਔਰ ਸਰਦਾਰ ਨਹੀਂ ਮਰੇਗਾ ਜਾਂ ਹਿੰਦੂ ਨਹੀਂ ਮਰੇਗਾ? ਜਦ ਕੈਲਾਮਿਟੀਜ਼ ਆਉਂਦੀਆਂ ਸਾਰੇ ਹੀ ਮਰਦੇ ਆ। ਬਿਲਕੁਲ ਆਉਂਦੀ ਹੈ ਨਾ, ਜਦ ਕਿਸੇ ਦੇ ਉੱਤੇ ਕੋਈ ਵੀ ਮਤਲਬ ਉਹ ਜਿਹੜੀ ਆਪਦਾ ਹੈ, ਉਹ ਮੁਸੀਬਤਾਂ ਜਿਹੜੀਆਂ ਹੈ, ਉਹਨੇ ਵਾਸਤੇ ਕੋਈ ਮਜ਼ਹਬ ਹੈਲਪ ਕਰਦੇ ਆ, ਉਹ ਕੋਈ ਕੋਈ ਜਾਤ ਧਰਮ ਦੇ ਵਾਸਤੇ, ਕੋਈ ਜਾਤ ਧਰਮ ਨਹੀਂ ਹੈਗਾ। ਜੇ ਕੱਲ ਅਫਗਾਨਿਸਤਾਨ 'ਚ ਕੁਝ ਆਏਗਾ, ਅਸੀਂ ਜਾ ਕੇ ਹੈਲਪ ਕਰਨਾ। ਬਿਲਕੁਲ ਹੈ ਨਾ, ਕੋਈ ਹਿੰਦੂ ਤੇ ਕੋਈ ਮੁਸਲਮ ਨਹੀਂ। ਮੈਂ ਤੇ ਇਹੀ ਸੋਚਦੀ ਹੈਗੀ ਜੀ। ਡਾਕਟਰ ਸਾਹਿਬ, ਡਾਕਟਰ ਸਾਹਿਬ ਮੈਨੂੰ ਇੱਕ ਛੋਟੇ ਜਿਹੇ ਬ੍ਰੇਕ ਵਾਸਤੇ ਰੁਕਣਾ ਪਏਗਾ, ਔਰ ਬ੍ਰੇਕ ਤੋਂ ਬਾਅਦ ਇਸ ਸਿਲਸਿਲਾ ਕੇ ਤੁਸੀਂ ਕਾਨੂੰਨ ਦੇ ਰਖਵਾਲੇ ਵੀ ਹੋ, ਕਾਨੂੰਨ ਨੂੰ ਜਾਣਦੇ ਵੀ ਹੋ, ਸਮਝਦੇ ਵੀ ਹੋ, ਕੌਨਸਟੀਟਿਊਸ਼ਨ ਦੀ ਤੁਹਾਨੂੰ ਸਮਝ ਹੈ, ਅਤੇ ਜਿਹੜੀ ਫਲਾਇੰਗ ਹੈਗੀ ਹੈ ਇਹ ਤੁਹਾਡਾ ਜਿਹੜਾ ਪਰਿਵਾਰਿਕ ਤੁਹਾਨੂੰ ਗੁੜਤੀ ਜਿਹੜੀ ਹੈਗੀ ਹੈ, ਇਸ 'ਤੇ ਆਪਾਂ ਚਰਚਾ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣਾ ਪਏਗਾ ਮੈਨੂੰ, ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਬ੍ਰੇਕ ਤੋਂ ਬਾਅਦ ਗੱਲਬਾਤ ਜਾਰੀ ਰਹੇਗੀ ਡਾਕਟਰ ਤੇ ਕੈਪਟਨ ਮਹਿੰਦਰ ਕੌਰ ਹੋਣਾ ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ। ਭਾਰਤੀ ਸਮਾਜ ਅਤੇ ਸਿਆਸਤ, ਇੰਡੀਅਨ ਪੋਲੀਟਿਕਸ ਐਂਡ ਸੋਸਾਇਟੀ, ਸਾਂਝਾ ਟੀਵੀ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਸਾਡੇ ਮਹਿਮਾਨ ਇੱਕ ਉਹ ਮਲਟੀ ਸ਼ਖਸੀਅਤ ਜਿਨ੍ਹਾਂ ਬਾਰੇ ਜ਼ਿਆਦਾ ਦੱਸੇ ਜਾਣ ਦੀ ਜ਼ਰੂਰਤ ਨਹੀਂ, ਡਾਕਟਰ ਅਤੇ ਕੈਪਟਨ ਮਹਿੰਦਰ ਕੌਰ। ਡਾਕਟਰ ਸਾਹਿਬ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ। ਹਾਂਜੀ। ਬੜੀ ਸਾਰੀ ਚਰਚਾ ਆਪਾਂ ਕਰ ਚੁੱਕੇ ਹਾਂ, ਚਰਚਾ ਅੱਗੇ ਵੀ ਜਾਰੀ ਰਹੇਗੀ। ਹਾਂਜੀ। ਵੂਮੈਨਸ ਨੂੰ ਲੈ ਕੇ ਜਿੱਥੇ ਸਾਨੂੰ ਵੂਮੈਨਸ ਨੂੰ ਪੜ੍ਹਨ ਦਾ ਜ਼ਿਆਦਾ ਅਧਿਕਾਰ ਨਹੀਂ, ਉਹਨੂੰ ਪਹਿਰਾਵੇ ਦੀ ਜ਼ਿਆਦਾ ਸੁਤੰਤਰਤਾ ਨਹੀਂ, ਉਸ ਸਮਾਜ ਦੇ ਅੰਦਰ, ਉਸ ਸਮਾਜ ਤੋਂ ਉੱਠ ਕੇ ਤੁਸੀਂ ਜਿਹੜਾ ਐਵੀਏਸ਼ਨ ਨੂੰ ਤੁਸੀਂ ਚੁਣਿਆ, ਕਿਉਂਕਿ ਤੁਹਾਨੂੰ ਘਰ ਤੋਂ ਹੀ ਜਿਹੜਾ ਪ੍ਰੇਰਨਾ ਸੀ, ਗੁੜਤੀ ਤੁਹਾਨੂੰ ਘਰ ਤੋਂ ਹੀ ਮਿਲੀ ਸੀ, ਪਰ ਬੜਾ ਇੱਕ ਔਖਾ ਜਿਹਾ ਮਸਲਾ ਹੈ ਫਲਾਇੰਗ ਕਰਨਾ। ਇਸ ਤਰ੍ਹਾਂ ਹੈਗਾ ਜੀ, ਜਿਹੜੀ ਚੀਜ਼ ਨਹੀਂ ਆਉਂਦੀ ਉਹ ਸਾਰਿਆਂ ਵਾਸਤੇ ਔਖੀ ਹੁੰਦੀ ਹੈ, ਜਦ ਆ ਜਾਂਦੀ ਹੈ ਉਹ ਸੌਖੀ ਬਣ ਜਾਂਦੀ ਹੈਗੀ ਹੈ, ਤੇ ਉਹ ਫਿਰ ਚਾਹੇ ਫਲਾਇੰਗ ਹੀ ਕਿਉਂ ਨਾ ਹੋ ਜਾਂ ਪੜ੍ਹਾਈ ਕਿਉਂ ਨਾ ਹੋ, ਇੱਕ ਬੱਚੇ ਨੂੰ ਤੁਸੀਂ ਊੜਾ ਆੜਾ ਸਿਖਾਓਗੇ ਉਹਦੇ ਵਾਸਤੇ ਉਹ ਵੀ
ਟਫ ਹੁੰਦਾ ਹੈ ਨਾ, ਉਹ ਨਹੀਂ ਜਦੋਂ ਸਿੱਖ ਜਾਂਦਾ ਉਹ ਸੈਂਟੈਂਸ ਵੀ ਬਣਾ ਲੈਂਦਾ ਹੈ ਅਤੇ ਫਿਰ ਕਹਾਣੀਆਂ ਵੀ ਪਾ ਲੈਂਦਾ ਹੈਗਾ ਜੀ, ਅਤੇ ਫਿਰ ਉਹ PhD ਵੀ ਕਰ ਲੈਂਦਾ ਜੀ 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 ਜੀ। ਸਿਲਸਿਲਾ ਸ਼ੁਰੂ ਕਿੱਥੋਂ ਹੋਇਆ ਫਲਾਇੰਗ ਦਾ? ਫਲਾਇੰਗ ਦਾ ਸਿਲਸਿਲਾ ਇਸ ਤਰ੍ਹਾਂ ਸੀ ਜੀ, ਫਾਦਰ ਨੇਵੀ 'ਚ ਸੀਗੇ ਅਤੇ ਕਈ ਵਾਰ ਸ਼ਿਪਸ 'ਚ ਜਾਂਦੇ ਸੀਗੇ ਜੀ, ਅਤੇ ਉਹ ਲਾਈਫ 'ਤੇ ਦੇਖ ਲਿੱਤੀ ਸੀਗੀ, ਆਰਮੀ ਦੀ ਲਾਈਫ ਵੀ ਦੇਖ ਲਿੱਤੀ ਸੀ ਬ੍ਰਦਰ ਦੇ ਨਾਲ ਜੀ, ਰਾਈਡਿੰਗ ਵਗੈਰਾ ਵੀ ਕਰਦੀ ਹੈਗੀਆਂ ਥੋੜ੍ਹੀ ਜਿਹੀ, ਅਤੇ ਕੰਪੀਟ ਵਗੈਰਾ ਵੀ ਕੀਤਾ, ਅਤੇ ਜਨਰਲੀ ਰਾਈਡਿੰਗ ਜਿਹੜੀ ਹੈਗੀ ਹੈ ਇਟ ਇਜ਼ ਬੇਸਿਕਲੀ ਜਿਹੜੇ ਇੰਡੀਆ 'ਚ ਜਿਹੜੀ ਰਾਈਡਿੰਗ ਹੈਗੀ ਹੈ ਇਟ ਇਜ਼ ਲੁਕਡ ਆਫਟਰ ਬਾਏ ਦਾ ਆਰਮੀ, 61 ਕੈਵਲਰੀ ਹੈਗੀ ਹੈ ਜਿਨ੍ਹਾਂ ਦੇ ਇਕਵੈਸਟਰਨ ਫੈਡਰੇਸ਼ਨ ਹੈਗੀ ਹੈ ਆਫ ਇੰਡੀਆ, ਉਸ 'ਚ ਜਿੰਨੇ ਵੀ ਹੈਗੇ ਆ ਆਰਮੀ ਨੇ ਬੈਕਅਪ ਕੀਤਾ ਹੋਇਆ, ਇਲੈਕਸ਼ਨਸ ਵਗੈਰਾ ਸਾਰੇ ਕੰਡਕਟ ਆਫ ਨੈਸ਼ਨਲ ਜਾਂ ਇੰਟਰਨੈਸ਼ਨਲ ਇਵੈਂਟਸ ਵੀ ਉਹੀ ਕਰਦੇ ਹੈਗੇ, ਅਤੇ ਆਰਮੀ ਦੀ ਲਾਈਫ ਵੀ ਕਾਫੀ ਦੇਖ ਲਿੱਤੀ, ਬ੍ਰਦਰ ਵੀ ਸੀਗੇ, ਅਤੇ ਏਅਰਫੋਰਸ 'ਚ ਦੀ ਲਾਈਫ ਨਹੀਂ ਸੀ ਦੇਖੀ ਪਹਿਲਾਂ, ਆਈ ਵਾਜ਼ ਦਾ ਫਸਟ ਟੂ ਰਾਈਟ ਟੂ ਰਾਜੀਵ ਗਾਂਧੀ ਕਿ ਹਾਂਜੀ ਆਮ ਦਾ ਫਸਟ ਲੇਡੀ ਆਈ ਹੈਵ ਰਿਟਨ ਟੂ ਰਾਜੀਵ ਗਾਂਧੀ ਕਿ ਉਹ ਖੁਦ ਵੀ ਪਾਇਲਟ ਸੀਗੇ ਕਿ ਮੈਨੂੰ ਕਿਉਂ ਨਹੀਂ ਲਿੱਤਾ ਜਾਂਦਾ ਏਅਰਫੋਰਸ 'ਚ, ਜਦਕਿ ਸਾਡੀ ਕੈਪੇਬਿਲਿਟੀਜ਼ ਘੱਟ ਨਹੀਂ ਹੈਗੀਆਂ, ਐਂਡ ਆਈ ਸਟਿਲ ਹੈਵ ਦਾ ਲੈਟਰ ਆਫ ਸੋਨੀਆ ਗਾਂਧੀ ਦੈਟ ਟਾਈਮ ਸ਼ੀ ਵਾਜ਼ ਹੈਡਿੰਗ ਦਾ ਵਿਮੈਨ ਮਿਨਿਸਟਰੀ ਵਿਮੈਨ ਐਂਡ ਚਾਈਲਡ ਵੈਲਫੇਅਰ, ਅਤੇ ਉਹਨਾਂ ਨੇ ਲਿਖਿਆ ਸੀਗਾ ਮੈਨੂੰ ਕਿ ਸੂਨ ਦੇ ਵਿਲ ਸਟਾਰਟ ਟੇਕਿੰਗ ਦਾ ਵਿਮੈਨ ਆਲਸੋ, ਓਕੇ, ਐਂਡ ਆਈ ਵਾਜ਼ ਇਨ ਕਾਲਜ ਦੈਟ ਟਾਈਮ, ਅਤੇ ਮੈਂ ਕਾਲਜ ਆਪਣਾ ਕਰ ਰਹੀ ਸੀਗੀ ਔਰ ਇੱਛਾ ਸੀਗੀ ਮੇਰੀ ਕਿ ਮੈਂ ਵੀ ਪਾਇਲਟ ਬਣਾ, ਮੈਂ ਵੀ ਕਿਉਂ ਨਹੀਂ ਬਣ ਸਕਦੀ ਜਦ ਮੇਰਾ ਇੱਕ ਸਿਆਸੀ ਸਵਾਲ ਇੱਥੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਇਹਦਾ ਕ੍ਰੈਡਿਟ ਜਿਹੜਾ ਹੈ ਤੁਸੀਂ ਕਾਂਗਰਸ ਨੂੰ ਦਿੰਦੇ ਹੋ, ਰਾਜੀਵ ਗਾਂਧੀ ਨੂੰ ਦਿੰਦੇ ਹੋ, ਮਰਹੂਮ ਰਾਜੀਵ ਗਾਂਧੀ ਨੂੰ ਦਿੰਦੇ ਹੋ ਜਾਂ ਕਿਸੇ ਹੋਰ ਨੂੰ? I'll reserve my comments for this because I don't want to get into some political issues. par is mulk de andar is zameen de utte girgat vi shayad sharma janda inni zyada politics ho rahi hai, politics har desh ch ho rahi hai, je nahi ke india ni india ch ho rahi hai, canada ch nahi hundi te america ch nahi hundi, tusi dekh lo america ch vi ho rahi hai with so many things. America de vich tusi kinni der rahe hage ho? ਮੇਰੇ ਅੱਧੀ ਫੈਮਲੀ ਅਮੈਰੀਕਾ ਹੀ ਰਹਿੰਦੀ ਹੈ, ਮੇਰੀ ਸਿਸਟਰ ਅਮੈਰੀਕਨ ਸਿਟੀਜ਼ਨ ਹੈਗੀ ਹੈ ਜੀ, ਔਰ ਮੈਂ ਖੁਦ ਅਮੈਰੀਕਨ ਪਾਇਲਟ ਹੈਗੀ ਹਾਂ ਅਤੇ ਮੇਰੇ ਕੋਲ ਫਲਾਇੰਗ ਲਾਇਸੈਂਸ ਵੀ ਅਮੈਰੀਕਾ ਦਾ ਵੀ ਹੈਗਾ ਅਤੇ ਮੇਰੀ ਬੋਇੰਗ ਰੇਟਿੰਗ ਵੀ ਅਮੈਰੀਕਾ 'ਚ ਹੀ ਹੋਈ ਹੈਗੀ ਹੈ, ਓਕੇ ਓਕੇ, ਅਤੇ ਉੱਥੇ ਵੀ ਸਾਡੇ ਗੁਰਸਿੱਖ, ਥੋੜ੍ਹਾ ਜਿਹਾ ਐਕਸਪਲੇਨ ਕਰੋ ਦਰਸ਼ਕਾਂ ਨੂੰ ਕਿਉਂਕਿ ਦਰਸ਼ਕ ਤੁਹਾਨੂੰ ਇਸ ਵੇਲੇ ਅਮੈਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਅਤੇ ਹੋਰ ਕਈ ਜਗ੍ਹਾ 'ਤੇ ਤੁਹਾਨੂੰ ਦੇਖ ਰਹੇ ਆ। ਹਾਂਜੀ, ਇਸ ਤਰ੍ਹਾਂ ਸੀਗਾ ਕਿ ਜੇ ਕੈਨੇਡਾ ਅਮੈਰੀਕਾ ਦੇ ਵਿੱਚ ਡੈਲ ਦੇ ਉੱਪਰ 2424 ਨੰਬਰ 'ਤੇ ਤੁਹਾਨੂੰ ਜਿਹੜੇ ਹੈਗੇ ਟੈਲੀਵਿਜ਼ਨ ਦੇ ਉੱਪਰ ਤੁਹਾਨੂੰ ਪਬਲਿਕ ਦੇਖ ਰਹੀ ਹੈ ਤੁਹਾਨੂੰ। ਜੀ ਜੀ ਜੀ, ਇਸ ਤਰ੍ਹਾਂ ਹੈਗਾ ਕਿ ਜੇ ਮੇਰੀ ਜਿਹੜੀ ਫਲਾਇੰਗ ਇਨੀਸ਼ੀਅਲੀ ਜਿਹੜੀ ਸ਼ੁਰੂ ਹੋਈ ਸੀਗੀ ਕਾਲਜ 'ਚ ਹੋਈ ਸੀਗੀ, ਮੈਂ ਚੰਡੀਗੜ੍ਹ ਦੀ 'ਚ ਰਹਿੰਦੀ ਸੀਗੀ, ਇਨ 1990 ਦੀ ਗੱਲ ਹੈਗੀ ਹੈ ਜੀ, ਤਦ ਹਰਿਆਣਾ ਗਵਰਨਮੈਂਟ ਨੇ 10 ਵਿਮੈਨ ਪਾਇਲਟ ਚੁਣੀਆਂ ਸੀਗੀਆਂ, ਤੁਸੀਂ ਜਿਸ ਤਰ੍ਹਾਂ ਇਹ ਤਾਂ ਹੁਣ ਆਇਆ ਹੈਗਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਬਟ ਇਹ ਜਿਹੜਾ ਅਪਲਿਫਟਮੈਂਟ ਆਫ ਵਿਮੈਨ ਹੈਗੀ ਹੈ ਪੰਜਾਬ 'ਚ ਅਤੇ ਹਰਿਆਣਾ 'ਚ ਤਾਂ ਬਹੁਤ ਪਹਿਲਾਂ ਦੀ ਹੈਗੀ ਹੈ, ਅਤੇ ਤੁਸੀਂ ਦੇਖੋਗੇ ਕਿ ਲੋਟ ਆਫ ਵਿਮੈਨ ਫਰੋਮ ਹਰਿਆਣਾ ਐਂਡ ਪੰਜਾਬ ਆਰ ਡੂਇੰਗ ਵੈਰੀ ਵੈਲ, ਨੋਟ ਓਨਲੀ ਇਨ ਫਲਾਇੰਗ ਬਟ ਇਨ ਅਦਰ ਫੀਲਡਸ ਆਲਸੋ, ਦੇ ਆਰ ਸਾਇੰਟਿਸਟ, ਦੇ ਆਰ ਡਾਕਟਰਸ, ਐਂਡ ਅਫਕੋਰਸ ਹੁਣ ਤੁਸੀਂ ਦੇਖੋਗੇ ਕਿ ਕੈਨੇਡਾ 'ਚ ਵੀ ਕਾਉਂਟੀ 'ਚ ਇੰਡੀਅਨ ਵੁਮੈਨ ਆਰ ਟੇਕਿੰਗ ਪਲੇਸ ਇਨ ਦ ਪੋਲਿਟਿਕਸ, ਯੈਸ 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 ਯੈਸ, ਰੂਬੀ ਡੱਲਾ ਜਾਂ ਹੋਰ, ਹਾਂਜੀ ਹਾਂਜੀ, ਆਈ ਐਮ ਐਬਸੋਲੂਟਲੀ, ਪਰ ਜਿਸ ਪੰਜਾਬ ਤੇ ਹਰਿਆਣਾ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਪੰਜਾਬ ਹਰਿਆਣਾ ਵਿੱਚ ਗਰਲਸ ਔਰ ਮੇਲ ਜਿਹੜਾ ਹੈਗਾ ਵਾ ਰੇਸ਼ੀਓ ਜਿਹੜਾ ਹੈਗਾ ਵਾ ਬੌਰਨ ਹੈਗਾ ਜਨਮ ਦਾ ਦਰ ਹੈਗੀ ਹੈ ਉਹ ਬਹੁਤ ਘੱਟ ਹੈਗੀ ਹੈ। ਅਗੇਨ ਆਈ ਵਿਲ ਟੈਲ ਇਟ ਇਜ਼ ਦ ਕਸਟਮਸ ਵਿਚ ਹੈਜ਼ ਡਰਾਈਵਡ ਫਰੋਮ ਦ ancient times which is changing with the time, ਇਸ ਤਰ੍ਹਾਂ ਨਹੀਂ ਹੈਗਾ, ਕਿੰਨੀ ਸਾਰੀ ਕੁੜੀਆਂ ਜਿਹੜੀਆਂ ਹੈਗੀਆਂ ਪੰਜਾਬ ਦੇ ਉੱਤੇ ਕਲੰਕ ਸੀ ਕੁੜੀ ਮਾਰਦਾ, ਹਰਿਆਣਾ 'ਤੇ ਕਲੰਕ ਸੀ ਕੁੜੀ ਮਾਰਦਾ, ਦਿੱਲੀ ਵਿੱਚ ਜਿਸ ਜਗ੍ਹਾ 'ਤੇ ਅਸੀਂ ਬੈਠੇ ਹੈਗੇ ਹਾਂ, ਦਿੱਲੀ ਵਿੱਚ ਵੀ ਅੱਜ ਜਿਹੜਾ ਹੈ ਉਹ ਇੱਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਆ ਜਾਂਦੀਆਂ ਹਨ, ਦਿੱਲੀ ਦੇ ਨਾਲ ਲੱਗਦੇ ਏਰੀਆ ਜਿਹੜੇ ਹੈਗੇ ਆ, ਯੂਪੀ ਹੋ ਗਿਆ, ਰਾਜਸਥਾਨ ਹੋ ਗਿਆ, ਜਾਂ ਜਿਹੜਾ ਹੋਰ ਜਿਹੜਾ ਹਰਿਆਣਾ ਦਾ ਹਿੱਸਾ ਹੋ ਗਿਆ, ਉੱਥੇ ਅੱਜ ਵੀ ਇਹ ਚੀਜ਼ਾਂ ਜਿਹੜੀਆਂ ਹੈ ਬਹੁਤ ਸਾਰੀਆਂ ਖਬਰਾਂ ਰੋਜ਼ ਆ ਰਹੀਆਂ ਨੇ।
ਖਬਰਾਂ ਤੇ ਹੋਰ ਵੀ ਕਈ ਚੀਜ਼ਾਂ ਦੀ ਆਉਂਦੀਆਂ ਹੈਗੀਆਂ ਜੀ, ਮੈਂ ਖਬਰਾਂ ਔਰ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੈਗੇ ਹੋ ਜੀ, ਔਰ ਤੁਸੀਂ ਮੈਨੂੰ ਲੋਕਾਂ ਤੱਕ ਵੀ ਪਹੁੰਚਾ ਰਹੇ ਹੈਗੇ ਹੋ ਜੀ, ਹੈ ਨਾ, ਤੇ ਮੇਰੇ ਵਰਗੇ IPS IAS ਕਿੰਨੀ ਹੈਗੀਆਂ ਜਿਹੜੀਆਂ ਵਿਮੈਨ ਹੀ ਹੈਗੀਆਂ, ਬਿਲਕੁਲ ਹੈ, ਉਹਨਾਂ ਨੂੰ ਦੇਖ ਕੇ ਕੋਈ ਪੇਰੈਂਟਸ ਕਹੇਗਾ ਕਿ ਸਾਨੂੰ ਕੁੜੀਆਂ ਨਹੀਂ ਚਾਹੀਦੀਆਂ ਜੀ 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 ਜੀ, ਔਰ ਮੇਰੀ ਆਪਣੇ ਮੇਰੇ ਘਰ ਵੀ ਮੇਰੀ ਲੜਕੀ ਹੈ, ਮਾਈ ਡਾਟਰ ਡੂਇੰਗ MBA ਹਾਂਜੀ, ਔਰ ਮੈਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਆ ਰਿਹਾ, ਪਰ ਸਮਾਜ ਜਿਹੜਾ ਹੈ ਸਾਡਾ ਇਹ ਵਾਲਾ, ਇਹ ਕਿਉਂ ਕਲੰਕਿਤ ਜਿਹੜਾ ਹੋ ਰਿਹਾ ਸਾਡਾ ਸਮਾਜ, ਚਾਹੇ ਉਹ ਭਰੂਣ ਹੱਤਿਆ ਹੈ, ਚਾਹੇ ਦਹੇਜ ਦਾ ਮਾਮਲਾ ਹੈ, ਜਾਂ ਉਹ ਛੇੜਛਾੜ ਦਾ ਮਾਮਲਾ ਹੈ, ਬਦਸਲੂਕੀ ਦਾ ਮਾਮਲਾ ਹੈ, ਹੁਣ ਤਾਂ ਰੇਪ ਦੇ ਮਾਮਲੇ ਇੰਨੇ ਜ਼ਿਆਦਾ ਹੋ ਗਏ ਆ ਕਿ ਨਿਰਭਿਆ ਤੋਂ ਲੈ ਕੇ ਟਿਲ ਟੂਡੇ ਜਿਹੜਾ ਕੱਲ ਤੱਕ ਦਾ ਹੈਦਰਾਬਾਦ ਜਾਂ ਉਨਾਵ ਜਿਹੜਾ ਹੈਗਾ ਵਾ, ਬਿਹਾਰ ਦੇ ਵਿੱਚ ਅੱਜ ਦੀ ਕੱਲ੍ਹ ਦੀ ਖਬਰ ਸੀ ਇੱਕ ਬੱਚੀ ਨਾਲ ਰੇਪ ਹੋਇਆ ਹੈਗਾ, ਬਾਅਦ 'ਚ ਉਹਦੀ ਹੱਤਿਆ ਕਰਤੀ ਗਈ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਬਹੁਤ ਦੁੱਖ ਵੀ ਹੁੰਦਾ ਮੈਨੂੰ ਇਹ ਚੀਜ਼ਾਂ ਦੇਖ ਕੇ, ਕੋਰਟ 'ਚ ਵੀ ਮੈਂ ਕਈ ਵਾਰ ਜਦ ਮੀਡੀਏਸ਼ਨ ਕਰਨ ਜਾਂਦੀ ਹੈਗੀ ਹਾਂ ਤਾਂ ਦੇਖਦੀ ਹਾਂ, ਇਟ ਇਜ਼ ਓਨਲੀ ਅ ਸੈਗਮੈਂਟ ਆਫ ਪੀਪਲ ਵਿਚ ਆਰ ਅਨਐਜੂਕੇਟਡ ਜੀ, ਐਜੂਕੇਸ਼ਨ ਇਜ਼ ਦਾ ਕੀ ਰੋਲ ਟੂ ਐਵਰੀਵਨ, ਜਦ ਫੈਮਿਲੀ ਐਜੂਕੇਟ ਹੋ ਜਾਂਦੀ ਹੈ, ਉਹਨਾਂ ਦੇ ਖਿਆਲ ਚੇਂਜ ਹੋ ਜਾਂਦੇ ਹੈਗੇ ਆ, ਉਹਨਾਂ ਦਾ ਸੋਚਣ ਦਾ ਤਰੀਕਾ ਚੇਂਜ ਹੋ ਜਾਂਦਾ ਹੈਗਾ, ਅਪਲਿਫਟਮੈਂਟ ਤਦੇ ਆਏਗੀ। ਔਰ ਇੰਡੀਆ 'ਚ ਕਾਫੀ ਮੈਂ ਕਹਾਂਗੀ ਕਿ ਕਾਫੀ ਲੋਕ ਅਨਐਜੂਕੇਟਡ ਹੈਗੇ ਆ, ਐਂਡ ਵੀ ਹੈਵ ਟੂ ਲਿਫਟ ਦੈਮ ਅਪ, ਵੀ ਹੈਵ ਟੂ ਐਜੂਕੇਟ ਦੈਮ ਇਸ, ਹਾਂ ਯੈਸ, ਇਸ ਸੋਸਾਇਟੀ ਨੂੰ ਕਿਸ ਹਾਊ ਟੂ ਐਜੂਕੇਟ, ਸੀ ਐਜੂਕੇਟ ਕਮਸ ਫਰੋਮ, ਮੈਂ ਤੁਹਾਨੂੰ ਦੱਸਿਆ ਸੀਗਾ ਨਾ ਲੋ ਕਿਵੇਂ ਬਣਦੇ ਹੈਗੇ ਆ, ਪਹਿਲਾਂ ਫੈਮਿਲੀ 'ਚ ਡਿਸਿਪਲਿਨ ਹੁੰਦਾ, ਉਹ ਫੈਮਿਲੀ ਵਾਲੇ ਉਹਨੂੰ ਲੋ ਦਾ ਨਾਂ ਦੇ ਦਿੰਦੇ ਕਿ ਚਲੋ ਇਸ ਘਰ 'ਚ ਇਹ ਚੀਜ਼ ਚੱਲੇਗੀ, ਫਿਰ ਉਹ ਸੋਸਾਇਟੀ ਬਣ ਜਾਂਦੀ ਹੈਗੀ ਹੈ, ਫਿਰ ਉਹ ਸਟੇਟ ਬਣ ਜਾਂਦੀ ਹੈ, ਔਰ ਫਿਰ ਉਹ ਸਟੇਟ ਤੋਂ ਬਾਅਦ ਕੰਟਰੀ ਬਣ ਜਾਂਦੀ ਹੈਗੀ ਹੈ। ਸੋ ਦਾ ਕੋਰ ਗਰੁੱਪ ਇਜ਼ ਗੋਇੰਗ ਟੂ ਈਚ ਐਂਡ ਐਵਰੀ ਵਿਲੇਜ ਵੇਅਰ ਦਾ ਐਜੂਕੇਸ਼ਨ, ਦੇ ਆਰ ਇਲਿਟਰੇਟ, ਇਲਿਟਰੇਟ ਇਜ਼ ਨੋਟ ਓਨਲੀ ਦੈਟ ਸਟੱਡੀਜ਼ ਆਰ ਦਾ ਲਿਟਰੇਟ, ਲਿਟਰੇਸ਼ਨ ਹਮ ਅਸੀਂ ਉਹਨੂੰ ਨਹੀਂ ਕਹਿੰਦੇ ਕਿ ਸਿਰਫ ਚਾਰ ਅੱਖਰ ਪੜ੍ਹ ਕੇ ਅਸੀਂ ਪੜ੍ਹ ਲਿਖ ਗਏ ਹੈਗੇ ਹੈ, ਇਟ ਇਜ਼ ਦਾ ਕੋਰ, ਦਾ ਕਸਟਮਸ, ਦਾ ਕਸਟਮਸ ਚੇਂਜ ਕਰਨੇ ਪੈਣਗੇ, ਕਸਟਮਸ ਕਿਸੇ ਜ਼ਮਾਨੇ 'ਚ ਕਸਟਮਸ ਹੁੰਦੇ ਇਸ ਕਰਕੇ ਬਣੇ ਸੀਗੇ ਕਿਉਂਕਿ ਉਸ ਟਾਈਮ ਕੁਛ ਲੜਾਈਆਂ ਹੁੰਦੀਆਂ ਸੀਗੀਆਂ ਆਪਸ 'ਚ ਕੁਛ ਕਮਿਊਨਿਟੀਜ਼ ਦੀਆਂ, ਜਿੱਥੇ ਕੁੜੀਆਂ ਜਿਹੜੀਆਂ ਹੋਗੀਆਂ ਉਹਨਾਂ ਨੂੰ ਵੀਕਨੈਸ ਮੰਨਦੇ ਸੀਗੇ, ਉਹਨਾਂ ਨੂੰ ਕੰਬੈਟ ਸਕਿੱਲਸ ਨਹੀਂ ਸੀ ਆਉਂਦੇ, ਅਤੇ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਸੀਗੇ ਬੰਦੇ, ਅਤੇ ਉਹ ਜਦ ਦੂਸਰੇ ਗਰੁੱਪ 'ਚ ਚਲ ਜਾਂਦੀਆਂ ਸੀਗੀਆਂ, ਉਹਨਾਂ ਨਾਲ ਵਿਆਹ ਹੋ ਜਾਂਦੇ ਸੀਗੇ ਜਾਂ ਉਹਨਾਂ ਨੂੰ ਬਰੂਟਲੀ ਮਾਰ ਦਿੱਤਾ, ਬੁੱਚਰ ਕਰ ਦਿੱਤਾ ਚਾਹੀਦਾ ਸੀਗਾ, ਹਰ ਆਦਮੀ ਜਿਹੜੇ ਮੇਲ ਡੋਮੀਨੇਟਡ ਸੋਸਾਇਟੀ ਸੀ ਉਸ ਟਾਈਮ ਉਹ ਵਿਮੈਨ ਨੂੰ ਵੀਕਨੈਸ ਸਮਝ ਕੇ ਉਹਨਾਂ ਨੂੰ ਵੀਕਨੈਸ ਨਹੀਂ ਸੀ ਸਮਝਣਾ ਚਾਹੁੰਦੇ, ਇਸ ਕਰਕੇ ਉਹਨਾਂ ਨੂੰ ਮਾਰ ਦਿੰਦੇ ਸੀਗੇ। ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਵੁਮੈਨ ਜਿਹੜੀ ਹੈ ਪ੍ਰੈਜ਼ੀਡੈਂਟ ਬਣ ਚੁੱਕੀ ਹੈ, ਸਾਡੇ ਹਿੰਦੁਸਤਾਨ ਦੀ ਅੱਜ ਦੀ ਜਿਹੜੀ ਫਾਈਨੈਂਸ ਮਿਨਿਸਟਰ ਹੈ, ਸ਼ੀ ਇਜ਼ ਆਲਸੋ ਏ ਵੁਮੈਨ। ਹਾਂਜੀ, ਇਹਦੇ ਬਾਵਜੂਦ ਜਿਹੜਾ ਹੈ ਸਾਡਾ ਸਮਾਜ ਜਿਹੜਾ ਹੈ ਉਹ ਮੇਲ ਡੋਮੀਨੇਟਿਡ ਹੈ, ਕਿਉਂ ਹੈ? ਟੂ ਅ ਲੈਵਲ ਸੁਮਿਤਰਾ ਮਹਾਜਨ ਜਿਹੜੇ ਕਿ ਪਾਰਲੀਮੈਂਟ ਦੇ ਸਪੀਕਰ ਸੀ, ਬਹੁਤ ਨਾਮ ਹੈ, ਕੋਈ ਤਾਦਾਦ ਜਿਹੜੀ ਹੈ ਘੱਟ ਨਹੀਂ ਹੈ, ਬਟ ਫਿਰ ਵੀ ਸਮਾਜ ਜਿਹੜਾ ਹੈ ਸਾਡਾ ਉਹ ਮੇਲ, ਤੁਸੀਂ ਐਕਸੈਪਟ ਕੀਤਾ ਨਾ ਵੁਮੈਨ ਨੂੰ? ਯੈਸ ਯੈਸ, ਸੋ ਐਜ਼ ਅ ਮੇਲ ਆਈ ਐਮ ਆਸਕਿੰਗ ਯੂ ਕਿ ਜਦ ਤੁਸੀਂ ਉਹਨੂੰ ਐਕਸੈਪਟ ਕਰ ਸਕਦੇ, ਬਾਕੀ ਸਟੇਟ ਸਮਾਜ ਵੀ ਐਕਸੈਪਟ ਕਰ ਰਿਹਾ ਹੈਗਾ, ਚੇਂਜਸ ਆਰ ਕਮਿੰਗ ਐਂਡ ਚੇਂਜਸ ਵਿਲ ਹੈਪਨ ਐਂਡ ਵਿਲ ਇਟ ਹੈਜ਼ ਟੂ ਹੈਪਨ ਜੀ। ਇਹ ਤਾਂ ਕਿਉਂਕਿ ਤੁਹਾਡੇ ਕੋਲ ਇੱਕ ਤੁਹਾਡੀ ਥਰਡ ਆਈ ਜਿਹੜੀ ਹੈ ਉਹ ਐਜੂਕੇਸ਼ਨ ਹੈ, ਇਸ ਕਰਕੇ ਤੁਹਾਨੂੰ ਉਮੀਦ ਹੈ, ਪਰ ਬਹੁਤ ਸਾਰਾ ਸਮਾਜ ਜਿਹੜਾ ਹੈ ਸਾਡਾ, ਸਕੂਲਾਂ ਦੀ ਹਾਲਤ ਦੇਖੋ ਕੀ ਹੈਗੀ ਹੈ, ਇੰਸਟੀਟਿਊਸ਼ਨਸ ਦੀ ਹਾਲਤ ਕੀ ਹੈ, ਬੱਚੇ ਹੈ ਟੀਚਰ ਨਹੀਂ ਹੈ, ਜਿਹੜੇ ਵਿਦਿਆਲਿਆ ਹੈਗੇ ਆ ਜਾਂ ਜਿਹੜੇ ਵਿਸ਼ਵ ਵਿਦਿਆਲਿਆ ਜਿਹੜੇ ਹੈਗੇ ਆ, ਯੂਨੀਵਰਸਿਟੀਜ਼ ਹੈਗੇ, ਕਾਲਜਸ ਹੈਗੇ ਆ, ਉੱਥੇ ਸਟੂਡੈਂਟਸ ਹੈ ਟੀਚਰ ਨਹੀਂ ਹੈ, ਬਿਹਾਰ ਦੇ ਕਈ ਸਾਰੇ ਕਾਲਜ ਬੰਦ ਹੋ ਗਏ ਹੈ, ਰਾਜਸਥਾਨ ਦੇ ਵਿੱਚ ਵੀ ਸਮੱਸਿਆ ਇਹੀ ਹੈ, ਤੁਹਾਡੇ ਮੇਰੇ ਪੰਜਾਬ ਦੇ ਵਿੱਚ ਵੀ ਸਮੱਸਿਆ ਇਹੋ ਜਿਹੀ ਹੈ, ਅਤੇ ਹਾਊ ਟੂ ਇੰਪਰੂਵ ਦਾ ਸੋਸਾਇਟੀ, ਹਾਊ ਟੂ ਅਪਲਿਫਟ ਏ ਪਰਸਨ। See, with every situation ji comes the answer also ji, oh answer hi sanu labna hega, main thonu hun vi kya hega ki studies tusi dekhoge ki hun changes aa gaye hege ji, jithe kal sadi badi budi aurtan jehdiyan sigiyan us unna nu signatures nahi si aande karne ji, kafi sare NGOs bane hege
ਜਿਹੜੇ ਜਾ ਕੇ ਲਿਟਰੇਸੀ ਦਿੰਦੇ ਹੈਗੇ, ਲਿਟਰੇਸੀ ਕੈਂਪਸ ਲਗਾਉਂਦੇ ਹੈਗੇ ਜੀ, ਹੈ ਨਾ, ਸਕੂਲਸ 'ਚ ਜਾ ਕੇ। ਤੁਸੀਂ ਕਿਸੇ ਐਨ ਜੀ ਓ ਨਾਲ ਵੀ ਤਾਲੁਕ ਰੱਖਦੇ ਹੋ ਕਿਸੇ ਨਾਲ? ਇਸ ਤਰ੍ਹਾਂ ਹੈਗਾ ਕਿ ਮੀਡੀਏਸ਼ਨ ਇਟਸੈਲਫ ਇਜ਼ ਮਾਈ ਵਰਕ ਟੂਵਰਡਸ ਦ ਸੋਸਾਇਟੀ, ਕਿ ਵਾਟ ਆਈ ਹੈਵ ਟੇਕਨ ਫਰੋਮ ਦ ਸੋਸਾਇਟੀ ਆਈ ਐਮ ਗਿਵਿੰਗ ਇਟ ਬੈਕ ਇਨ ਐਜੂਕੇਸ਼ਨਲ ਫੋਰਮ। ਆਈ ਕੈਨ ਗੋ ਐਂਡ ਟੀਚ, ਬਟ ਵੇਅਰ ਇਜ਼ ਦ ਟਾਈਮ ਫੋਰ ਮੀ? ਆਈ ਹੈਵ given my time to sports, I have given my time to law, I have given my time to mediation, arbitration, and also to the flying, and of course my children and family is also there. Ji. So I have to give time to them also, and then I'll give my time, of course I'm giving my time to the society by doing the mediation, and you know the mediation is a process which in which we bring happiness to the people, both the parties, those who are into the litigation. And when time will allow me, I'll give more to that. ਕਿਉਂਕਿ ਮੈਂ ਜਿਸ ਤਰ੍ਹਾਂ ਆਪਾਂ ਪਹਿਲੇ ਸੈਗਮੈਂਟ 'ਚ ਗੱਲ ਕਰ ਰਹੇ ਸੀ, ਜਾਤ ਪਾਤ ਮਜ਼ਹਬ ਦੀ ਗੱਲ ਆਪਾਂ ਕਰ ਰਹੇ ਸੀਗੇ, ਊਚ ਨੀਚ ਅੱਜ ਵੀ ਇੱਥੇ ਬਹੁਤ ਜ਼ਿਆਦਾ ਹੈ, ਔਰ ਫਿਰ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਹੈ ਉਹ ਅੱਜ ਵੀ ਦਿਖਾਈ ਦੇ ਰਹੀ ਹੈਗੀ। ਮੈਨੂੰ ਛੋਟੇ ਬ੍ਰੇਕ ਵਾਸਤੇ ਰੁਕਣਾ ਪਏਗਾ ਜੀ। ਭਾਰਤੀ ਸਮਾਜ ਦੇ ਵਿੱਚ ਔਰਤ ਦਾ ਕੀ ਰੋਲ ਹੈ, ਇਹ ਆਪਾਂ ਸਾਰਾ ਕੁਝ ਜਿਹੜਾ ਹੈ ਸਮਝਿਆ ਹੈ ਡਾਕਟਰ ਅਤੇ ਕੈਪਟਨ ਮਹਿੰਦਰ ਕਰੋਨਾ ਕੋਲ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਚਰਚਾ ਨੂੰ ਅੱਗੇ ਲੈ ਕੇ ਜਾਵਾਂਗੇ, ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ। ਭਾਰਤੀ ਸਮਾਜ ਅਤੇ ਸੋਸਾਇਟੀ, ਭਾਰਤੀ ਮਾਫ ਕਰਨਾ, ਇੰਡੀਅਨ ਪੋਲੀਟਿਕਸ ਐਂਡ ਸੋਸਾਇਟੀ। ਸਾਂਝਾ ਟੀ ਵੀ ਦੇ ਇਸ ਖਾਸ ਪੇਸ਼ਕਸ਼ ਵਿੱਚ ਸਾਡੇ ਅੱਜ ਦੇ ਮਹਿਮਾਨ ਨੇ ਡਾਕਟਰ ਅਤੇ ਕੈਪਟਨ ਮਹਿੰਦਰ ਕੌਰ। ਡਾਕਟਰ ਸਾਹਿਬ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ। ਹਾਂਜੀ, ਅੱਜ ਜਿਹੜਾ ਮਾਹੌਲ ਹੈ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਇਕਾਨਮੀ ਦੇ ਉੱਤੇ ਇੱਕ ਡੈਂਟ ਪੈਂਦਾ ਜਾ ਰਿਹਾ। ਹਾਂਜੀ, ਤੁਸੀਂ ਬਤੌਰ ਪਾਇਲਟ, ਹਾਂਜੀ, ਬਤੌਰ ਕੈਪਟਨ, ਹਾਂਜੀ, ਕਿਉਂਕਿ ਸਾਡੀ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਹਰ ਉਸ ਸ਼ਖਸ ਨੂੰ ਜਹਾਜ਼ ਦੇ ਵਿੱਚ ਬਿਠਾਵਾਂਗੇ ਭਾਵੇਂ ਉਹਦੇ ਪੈਰ ਦੇ ਵਿੱਚ ਚੱਪਲ ਹੀ ਕਿਉਂ ਨਾ ਪਾਈ। ਹਾਂਜੀ, ਤੁਹਾਨੂੰ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਇਹ ਚੀਜ਼ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈਗੀ ਜੀ। ਹਾਓ, ਕਿਉਂਕਿ ਜੇ ਤੁਸੀਂ ਦੇਖੋਗੇ ਏਵੀਏਸ਼ਨ ਸੈਕਟਰ ਸਾਡੇ ਇੰਡੀਆ ਦੀ ਜੇ ਗੱਲ ਕਰਾਂ ਜੀ, ਏਵੀਏਸ਼ਨ ਸੈਕਟਰ ਲਿਆਉਣ ਵਾਲੇ ਟਾਟਾ ਸੀਗੇ ਜੀ। ਉਸ ਟਾਈਮ ਏਅਰ ਇੰਡੀਆ ਬਣੀ ਸੀਗੀ ਜੀ, ਏਅਰ ਇੰਡੀਆ ਤੋਂ ਬਾਅਦ ਇੰਡੀਅਨ ਏਅਰਲਾਈਨਸ ਬਣੀ ਜੀ, ਫਿਰ ਵਾਯੂਦੂਤ ਆਈ ਜੀ। ਸਿਰਫ ਤਿੰਨ ਹੀ ਬੋਡੀਜ਼ ਸੀਗੀ ਜਿਹੜੀ ਵਰਕ ਕਰਦੀ ਸੀਗੀ ਜੀ, ਔਰ ਉਸ ਟਾਈਮ ਫ੍ਰੀਕੁਐਂਸੀ ਆਫ ਫਲਾਈਂਗ ਵਾਜ਼ ਆਲਸੋ ਵੈਰੀ ਲੈਸ ਜੀ। ਜੇ ਤੁਸੀਂ ਉਹਨੂੰ ਕੰਪੇਅਰ ਕਰੋਗੇ ਅੱਜ ਦੇ ਨਾਲ ਜੀ, ਤੇ ਤੁਸੀਂ ਦੇਖੋਗੇ ਕਿ ਨੰਬਰ ਆਫ ਡੋਮੈਸਟਿਕ ਏਅਰਲਾਈਨਸ ਹੈਵ ਕਮ ਜੀ, ਔਰ ਜਿਹੜੀ ਟਰੈਵਲਿੰਗ ਫੈਸਿਲਿਟੀਜ਼ ਦਿੱਤੀ ਹੈਗੀ ਹੈ ਜੀ ਗਵਰਨਮੈਂਟ ਨੇ ਮਿਲ ਕੇ ਪ੍ਰਾਈਵੇਟ ਸੈਕਟਰ ਦੇ ਨਾਲ ਜੀ, ਤੇ ਦੇਖੋਗੇ ਕਿ ਟਰੈਵਲਿੰਗ ਫੈਸਿਲਿਟੀਜ਼ ਹੋਣ ਕਰਕੇ ਅੱਜ ਕੱਲ੍ਹ ਲੋਕ ਪ੍ਰੀਫਰ ਕਰ ਰਹੇ ਹੈਗੇ ਫਲਾਈ ਕਰਨਾ ਰੈਦਰ ਦੈਨ ਗੋਇੰਗ ਬਾਈ ਟ੍ਰੇਨਸ ਔਰ ਬਸਿਸ ਜੀ 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 ਜੀ। ਅੱਜ ਕੱਲ੍ਹ ਟਿਕਟ ਵੀ ਉਹਦੀ ਜੇ ਤੁਸੀਂ ਦੇਖੋਗੇ, ਪਰ ਅੱਜ ਕੱਲ੍ਹ ਰੋਟੀ ਕੱਪੜਾ ਔਰ ਮਕਾਨ ਦੀ ਵੀ ਗੱਲ ਹੋ ਰਹੀ ਹੈਗੀ ਹੈ, ਅੱਜ ਕੱਲ੍ਹ ਰੋਟੀ ਕੱਪੜਾ ਮਕਾਨ ਦੇ ਨਾਲ ਨਾਲ ਰੋਜ਼ਗਾਰ ਦੀ ਵੀ ਗੱਲ ਹੋ ਰਹੀ ਹੈ, ਰੋਜ਼ਗਾਰ ਲੋਕਾਂ ਕੋਲ ਬਹੁਤ ਘਟਦਾ ਜਾ ਰਿਹਾ, ਸੀਮਿਤ ਹੁੰਦਾ ਜਾ ਰਿਹਾ। ਦੇਖੀਏ ਜੀ, ਇਸ ਤਰ੍ਹਾਂ ਹੈਗਾ ਕਿ ਰੋਜ਼ਗਾਰ ਕੰਮ ਇਸ ਕਰਕੇ ਹੋ ਰਿਹਾ ਕਿਉਂਕਿ ਪਾਪੂਲੇਸ਼ਨ ਵੀ ਸਾਡੀ ਵੱਧ ਰਹੀ ਹੈਗੀ ਹੈ ਜੀ। ਜੇ ਅਸੀਂ ਇੱਕੋ ਹੀ ਫੈਕਟਰ ਨਹੀਂ ਹੈਗਾ ਰੋਜ਼ਗਾਰ ਘੱਟ ਹੋਣ ਦਾ, ਦੇ ਆਰ ਸੋ ਮੈਨੀ ਫੈਕਟਰਸ। ਇਫ ਯੂ ਟਾਕ ਟੂ ਮੀ ਅਬਾਊਟ ਦ ਇਕਨੋਮੀ ਆਫ ਦ ਕੰਟਰੀ ਦੈਨ ਇਟ ਇਜ਼ ਡਿਫਰੈਂਟ ਜੀ, ਬਟ ਜੇ ਤੁਸੀਂ ਫਲਾਇੰਗ ਦੀ ਗੱਲ ਕਰੋਗੇ ਔਰ ਜੇ ਕਿਉਂਕਿ ਫਲਾਇੰਗ ਜਿਹੜੀ ਹੈ ਉਹ ਇਕਨੋਮੀ ਦੇ ਨਾਲ ਬਹੁਤ ਜ਼ਿਆਦਾ ਤਾਲੁਕ ਰੱਖਦੀ ਹੈ, ਇਕਨੋਮੀ ਦੇ ਨਾਲ ਇਸ ਕਰਕੇ ਤਾਂ ਤੁਸੀਂ ਖੁਦ ਹੀ ਦੇਖ ਸਕਦੇ ਹੋ ਜੇ ਇਕਨੋਮੀ ਨਾਲ ਤਾਲੁਕ ਰੱਖਦੀ ਹੈਗੀ ਹੈ ਕਿ ਫ੍ਰੀਕੁਐਂਸੀ ਆਫ ਟਰੈਵਲਰਸ ਹੈਵ ਬਿਕਮ ਵੈਰੀ ਹਾਈ ਜੀ, ਐਂਡ ਨੋਟ ਓਨਲੀ ਦੈਟ ਐਵਰੀ ਸੈਕਿੰਡ ਪਰਸਨ ਵਾਂਟਸ ਟੂ ਫਲਾਈ ਜੀ, ਹੈ ਨਾ, ਔਰ ਐਂਡ ਦੇ ਹੈਵ ਦ ਕੈਪੈਸਿਟੀ ਟੂ ਫਲਾਈ, ਦੈਟ ਇਜ਼ ਵਾਈ ਦਿਸ ਇੰਡਸਟਰੀ ਇਜ਼ ਆਲਸੋ ਵਰਕਿੰਗ। ਏਵੀਏਸ਼ਨ ਇੰਡਸਟਰੀ ਹੈਜ਼ ਗਰੋਨ ਮੈਸਿਵਲੀ, ਇਫ ਯੂ ਸੀ 1947 ਐਂਡ ਇਫ ਯੂ ਸੀ 2020, ਦ ਕਮਿੰਗ 2020 ਵਿਲ ਬੀ ਦ ਪਾਇਨੀਅਰ ਆਫ ਏਵੀਏਸ਼ਨ। ਜੇ ਤੁਸੀਂ ਕਹਿੰਦੇ ਕਿੰਗ ਫਿਸ਼ਰ ਆਈ ਔਰ ਚਲੇ ਗਈ, ਬਟ ਸਟੇਬਿਲਿਟੀ
in the aviation sector is again growing. Je a nahi hai ki koi dusri le lenge company. Sirf jet sirf jet kiya air jehdi hai oh wali vijay malia wali tu dasre si haan ji kingfisher haan ji sahara band hui deccan bhi sigi deccan bhi band hui par kitni bahut sari companies band ho chuki hain companies to band hui hai gi but traveling if you see the statistics of traveling people traveling by air as is increasing जो कंपनीज बंद हो गई है गे, बट स्टिल यू सी कितने सारे एयरपोर्ट खुल गए है 3000 रनवेज है एयरपोर्ट अथॉरिटी को मोर देन दैट और वो डेवलप कितने हुए है जे लोगों के जे पैसा आया गवर्नमेंट को एविएशन दैट इज व्हाई दे हैव डेवलप्ड देयर आर द प्राइवेट सेक्टर्स आल्सो उन्होंने भी तो विजन हैगा तदे तो वध रही हैगी है जे एक बंद हुई है दैट इज नॉट एंड ऑफ एविएशन Second, third, and fourth will keep coming. हाँ 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 yes. क्योंकि airports जब बने हैंगे तो उन्होंने शुरू किया हैगा तो ये देख के शुरू किया है कि people are travelling और सिर्फ AC च नहीं travel कर रहे हैंगे जे तुसी देखोगे railways. जी. Railways have done massively very high. है ना उस च भी कर रहे हैंगे जे economy जारी हैगी है तो how come people are travelling? They are not sitting at home. They are looking for the opportunities in different fields. Fields have changed. जी पर खबरां ते ए भी है जिहड़ी है प्राइवेटाइजेशन किया जा रहा है ट्रेन दे विच गड्डी चलाई है तेजस दिल्ली टू लखनऊ उहदे विच बहुत सारी सीट्स खाली हैगियां वे बट क्योंकि बहुत महंगी बहुत ज़्यादा बहुत महंगी सफ़र है उहदे विच तो दूसरे पास जो पैसेंजर्स देखो तुम गड्डिया तो बैठने वास्ते जगह नहीं है खड़े होने वास्ते जगह नहीं है हाँ जी जी तुसी अपने आप मेनू आंसर दे दिता है कि जे इकोनॉमी इज गोइंग बैड ऑफ इंडिया बिकॉज देयर इज द कैलकुलेशन वाज नॉट देयर अनदर थिंग व्हिच आई विल टेल यू बीइंग एन एंटरप्रेन्योर आई हैड एज अ डायरेक्टर ऑफ वन ऑफ थर्ड बिगेस्ट कंपनी कंस्ट्रक्शन कंपनी व्हिच इज आलूवालिया कॉन्ट्रैक्ट्स मैं उन्हां दी बोर्ड ते हैगी हां ते मैं उन्हां दी इंडिपेंडेंट वुमेन डायरेक्टर हैगी हां एंड आई हैव सीन लॉट ऑफ चेंजेस इन दिस कंपनी आल्सो ये कंपनी बहुत छोटी कंपनी सीगी नाउ टुडे 119 प्रोजेक्ट्स वी हैव है ना ते ग्रोथ ते हो रही हैगी है लोकां नु जॉब भी असी दे रहे हैगे जे कंस्ट्रक्शन होएगी ते जॉब मिलेंगे सरकार ने भी बहुत सारा पैसा जेड़ा है कंस्ट्रक्शन कंपनीज नु दित्ता है ओदे बावजूद लोगां दी शिकायतें खत्म नहीं हो रही हैं हुनी मैं एसोचैम दे मैं 100 इयर्स ते गई I was invited. The Prime Minister also came there. Yeah. And उन्हें the 50 trillion का project हैगा. जी 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 जी. So now, if they are targeting that, but obviously their focus was somewhere else initially when they took over. पहले उन्हें the focus जरा सिगा वो सिगा interrelations between the countries को develop करना. बिल्कुल ठीक. And then came the segment which was weaker. In the society, or which was not given a place in the outer world, उन्होंने किया, and now they are targeting the economy, क्योंकि उन्होंने पता है कि economy is going down, and skill development थे उन्होंने they have started focusing on the youth, और हर बच्चे नू जेड़ा 12th करके निकलता हैगा, उन्होंने skill development वास्ते projects बनाए हैगे, मैनू लाइट चाहती वैसे ही लोड़ नहीं सी बट क्योंकि मैं वर्करस नू ऑब्जर्व करती है अपनी कंपनी दे कि उन्होंने जी पहला तनखा मैं तेन इतने रोकना चाहवागा कि सरकार ने पहले तो यह एक्सैप्ट ही नहीं किया कि इकोनमी जी है एक ब्लैक होल दे विच चली पहले एक्सैप्ट नहीं किया तरह तरह दल्ला जो सरकार के पक्ष तो हो रही हूँ जाके थोड़ा जहा कह रहे कि ये जोड़ा है वैश्विक मंदी है दुनिया दे विच ए मंदी जिहड़ी चल रही है और हिंदुस्तान दे विच इहड़ा साइकल है इह रिसाइकल हुंदा रहिंदा है मैं तुहाडी इस उम्मीद नाल सहमत हाँ पर अज साडे हिंदुस्तान दे विच जिस तरह के फसाद हो रहे हैं इस दिल्ली विच जिथे आपां बैठे हाँ कुछ दिन पहले सीलमपुर विच होया कई सारी अग्निकांड होए हैगे कई सारी पत्थरबाजी हुई हैगी जामिया की गल करिए आपां या होर सोसाइटी की गल करिए ईवन इत तक कि साडे नेतावां नूं डेमोक्रेसी विच अरैसट होना पिया हिरासत विच लैण लिया गया उन्हां नूं हाँ जी ते फिर किस तरह कोई इन्वेस्टर जिहड़ा है आके इन्वेस्ट करेगा नंबर एक नंबर दो दे उत्ते इकोनमी जिहड़ी है वो बूटस्ट्रैप किवें होएगी
ਜਿੱਥੇ ਬੰਦ ਹੋਏਗਾ ਪੱਥਰ ਹੋਏਗਾ ਅੱਗ ਹੋਏਗੀ ਉੱਥੇ ਇਕਾਨਮੀ ਜਿਹੜੀ ਹੈ ਬੂਸਟਅਪ ਹੋਏਗੀ। ਬਿਲਕੁਲ ਆਈ ਐਗਰੀ ਵਿਦ ਯੂ। ਇਸ ਤਰ੍ਹਾਂ ਨਹੀਂ ਹੈਗਾ ਕਿ ਸਾਡੇ ਸਮਾਜ 'ਚ ਇਹ ਚੀਜ਼ਾਂ ਪਹਿਲਾਂ ਇਸ ਤੋਂ ਵਰਸਟ ਵੀ ਹੋਈਆਂ, ਐਮਰਜੈਂਸੀ ਵੀ ਲੱਗੀ ਹੈਗੀ ਹੈ ਜੀ, ਹੈ ਨਾ, ਕਈ ਸਰਕਾਰਾਂ 'ਚ ਉਸ ਟਾਈਮ ਵੀ ਇਸ਼ੂਜ਼ ਆਏ ਹੈਗੇ। ਇਟ ਵਿਲ ਟੇਕ ਟਾਈਮ, ਅਵੇਅਰਨੈਸ ਆਉਣ ਤੋਂ ਬਾਅਦ ਟਾਈਮ ਲੱਗਦਾ। ਅਸੀਂ ਫੋਰ ਐਗਜ਼ਾਮਪਲ ਐਜ਼ ਐਨ ਐਂਟਰਪ੍ਰੀਨਰ ਆਈ ਵਿਲ ਟੈਲ ਯੂ, ਇਫ ਆਈ ਵਾਂਟ ਟੂ ਸਪੈਂਡ ਮਾਈ ਮਨੀ ਇਨ ਐਨੀ ਬਿਜ਼ਨਸ, ਅਤੇ ਜਿਹੜਾ ਫਸਟ ਈਅਰ ਹੁੰਦਾ ਹੈਗਾ ਬਿਜ਼ਨਸ ਨੂੰ ਡਿਵੈਲਪ ਕਰਨ ਵਾਸਤੇ, ਮਿਨੀਮਮ 3 ਈਅਰਸ ਚਾਹੀਦੀ ਹੈ। ਸਮਾਲ ਸਕੇਲ ਲੈ ਲਓ ਜਾਂ ਫਸਟ ਈਅਰ 'ਚ ਸਾਡੀ ਪੂਰੀ ਇਨਵੈਸਟਮੈਂਟ ਲੱਗਦੀ ਹੈਗੀ ਹੈ, ਦੈਟ ਇਜ਼ ਦ ਟਾਈਮ ਵੀ ਗੋ ਇਨ ਟੂ ਕ੍ਰੈਸ਼ਸ, ਸਾਡੇ ਕੋਲ ਜਿੰਨਾ ਵੀ ਪੈਸਾ ਹੁੰਦਾ ਅਸੀਂ ਸਾਰਾ ਲਗਾ ਲੈਂਦੇ ਹੈਗੇ ਹਾਂ। ਸੈਕਿੰਡ ਸਟੇਜ ਹੁੰਦੀ ਹੈਗੀ ਹੈ ਜਦ ਵੀ ਸਟਾਰਟ ਅਰਨਿੰਗ, ਔਰ ਉਹ ਮਿਡ ਸਟੇਜ 'ਤੇ ਆਉਂਦਾ, ਦੈਟ ਮੀਨਸ ਇਕੁਲਾਈਜ਼ ਹੁੰਦਾ, ਅਸੀਂ ਅਰਨ ਨਹੀਂ ਕਰਦੇ ਬਟ ਉਹ ਕੰਮ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ। ਥਰਡ ਇਜ਼ ਦ ਥਰਡ ਈਅਰ 'ਚ ਜਾ ਕੇ ਉਹ ਪ੍ਰੋਡਕਸ਼ਨ ਸੈੱਲ ਹੁੰਦੀ ਹੈਗੀ ਹੈ, ਦੈਨ ਵੀ ਸਟਾਰਟ ਅਰਨਿੰਗ। ਸੋ ਫਸਟ 5 ਈਅਰਸ ਔਫ ਐਨੀ ਬਿਜ਼ਨਸ ਔਰ ਐਨੀ ਸੈਗਮੈਂਟ ਔਫ ਸੋਸਾਇਟੀ, ਵੈਨ ਇਟ ਸਪੈਂਡਿੰਗ ਔਨ ਦੇਅਰ ਓਨ ਲਿਵਿੰਗ ਔਰ ਫੋਰ ਅਰਨਿੰਗ, ਇਹ ਉਹਨਾਂ ਦਾ ਇੱਕ ਗ੍ਰਾਫ ਹੈਗਾ। ਗ੍ਰਾਫ 'ਚ ਪਹਿਲਾਂ ਇਹਨਾਂ ਜਦ ਸਰਕਾਰ ਜਿਹੜੀ ਇਹ ਸਰਕਾਰ ਹੈ ਇਹਨਾਂ ਨੇ ਆਪਣੇ ਇਸ਼ੂਜ਼, ਇਹਨਾਂ ਦੇ ਕੁਛ ਹੋਰ ਸੀਗੇ, ਇਹਨਾਂ ਦਾ ਸਟ੍ਰੈਟਜੀ ਪਲਾਨਿੰਗ ਵਾਸ ਡਿਫਰੈਂਟ, ਐਂਡ ਨਾਓ ਦੇ ਹੈਵ ਸਟਾਰਟਡ ਫੋਕਸਿੰਗ ਔਨ ਦਾ ਇਕਨੋਮੀ ਵੈਨ ਦਾ ਇਕਨੋਮੀ ਹੈਜ਼ ਗੋਨ ਬੈਡ, ਕਿਉਂਕਿ ਪਲੈਟਫਾਰਮ ਨਹੀਂ ਸੀਗਾ। ਡਾਕਟਰ ਔਰ ਕੈਪਟਨ ਮਹਿੰਦਰ ਸਿੰਘ ਜਿਹੜੇ ਕਿ ਬਿਜ਼ਨਸ ਦੇ ਨਾਲ ਵੀ ਰਿਲੇਟਿਡ ਹੈ, ਉਹਨਾਂ ਨੂੰ ਕੀ ਲੱਗਦਾ ਹੈ ਕਿ ਇਕਨੋਮੀ ਜਿਹੜੀ ਹੈਗੀ ਹੈ ਜਿਹਨੂੰ ਕਾਂਗਰਸ ਜਾਂ ਅਦਰਸ ਜਿਹੜੇ ਬਲੈਕ ਹੋਲ ਦੇ ਵਿੱਚ ਮੰਨ ਰਹੇ ਹੈ, ਜੇ ਮੈਂ ਉਹਨਾਂ ਦੀ ਭਾਸ਼ਾ ਬੋਲਾਂ ਤਾਂ ਇਹ ਬਲੈਕ ਹੋਲ 'ਚੋਂ ਬਾਹਰ ਕਦੋਂ ਤੱਕ ਆਏਗੀ? ਵਿਦ ਇਨ ਈਅਰ, ਵਿਦ ਇਨ 2 ਈਅਰ, ਵਿਦ ਇਨ 3 ਈਅਰ ਔਰ ਵਿਦ ਇਨ 5 ਈਅਰ? ਸੀ, ਫੋਰ ਦੈਟ ਦ ਪ੍ਰੋਜੈਕਟਸ ਵਿਚ ਦੇ ਆਰ ਗੋਇੰਗ ਟੂ ਕਵਰ ਟੂ ਬਰਿੰਗ ਦ ਇਕਨੋਮੀ ਐਟ ਪਾਰ ਵਿਦ ਵਾਟ ਇਟ ਯੂਜ਼ ਟੂ ਬੀ, ਉਹ ਪ੍ਰੋਜੈਕਟਸ ਨੂੰ ਐਕਸਪੀਡਾਈਟ ਕਰਨਾ ਪਏਗਾ। ਓਕੇ, ਵੱਡੀ ਖਬਰ ਦੇ ਰਹੇ ਹੋ, ਵੱਡੀ ਖਬਰ ਦੇ ਰਹੇ ਹੋ। ਜੀ 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 ਜੀ, ਆਮ ਨਾਟ ਅ ਪੋਲਿਟੀਸ਼ੀਅਨ ਬਟ ਆਈ ਐਮ ਟੈਲਿੰਗ ਯੂ ਦੈਟ ਵੀ ਵਿਲ ਹੈਵ ਟੂ ਐਕਸਪੀਡਾਈਟ ਦੋਸ ਪ੍ਰੋਜੈਕਟਸ ਜੀ ਟੂ ਬਰਿੰਗ ਬੈਕ ਆਰ ਇਕਨੋਮੀ ਬੈਕ। ਓਕੇ, ਅਦਰਵਾਈਜ਼ ਇਟ ਵਿਲ ਦੈਨ ਇਟ ਵਿਲ ਬੀ ਅਨਦਰ ਡਿਜ਼ਾਸਟਰ। ਲਿਟਲ ਇਨ ਆਰ ਡਿਜ਼ਾਸਟਰ ਇਕਨੋਮਿਕ। ਡਾਕਟਰ ਮਹਿੰਦਰ ਕੌਰ ਸਾਫ ਸ਼ਬਦਾਂ ਦੇ ਵਿੱਚ ਕਹਿ ਰਹੇ ਆ ਕਿ ਜੇਕਰ ਅਕਲਮੰਦੀ ਨਾਲ ਸਮਝਦਾਰੀ ਨਾਲ ਇਕਾਨਮੀ ਨੂੰ ਨਹੀਂ ਦੇਖਿਆ ਤਾਂ ਇਹਨੂੰ ਇੱਕ ਵੱਡਾ ਰਗੜਾ ਵੀ ਲੱਗ ਸਕਦਾ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਦੇ ਉਸ ਪਾਰ ਡਾਕਟਰ ਅਤੇ ਕੈਪਟਨ ਮਹਿੰਦਰ ਕੌਰ ਹੋਣਾ ਦੀ ਜ਼ਿੰਦਗੀ, ਫਲਸਫਾ ਅਤੇ ਮਿਸ਼ਨ ਨੂੰ ਲੈ ਕੇ ਲਾਸਟ ਸੈਗਮੈਂਟ ਦੇ ਵਿੱਚ ਗੱਲ ਬਾਤ ਜਾਰੀ ਰਹੇਗੀ। ਤੁਸੀਂ ਦੇਖਦੇ ਰਹੋ ਸਾਡੇ ਟੀਵੀ